都没了。ਆਪ ਪੱਖਾ ਬੰਦ ਕਰੇ ਮੇਰੇ ਸਾਹਮਣੇ ਬੈਠੇ ਮੇਰੇ ਬਜ਼ੁਰਗਾਂ ਦਾ ਮੇਰੇ ਪਰਿਵਾਰ ਦੇ ਮੁਖੀਆਂ ਦਾ ਮੇਰੇ ਹਮ ਉਮਰ ਦੋਸਤਾਂ ਦਾ ਮੇਰੇ ਭਰਾਵਾਂ ਦਾ ਮੇਰੀਆਂ ਮਾਤਾਵਾਂ ਤੇ ਭੈਣਾਂ ਦਾ ਜਿਨ੍ਹਾਂ ਨੇ ਪੈਰਾਂ ਚ ਟੁੱਟੀਆਂ ਚੱਪਲਾਂ ਪਾਈਆਂ ਬੇਸ਼ੱਕ ਪਰ ਇਹਨਾਂ ਨੇ ਮੈਨੂੰ ਆਪਦੀ ਹਿੱਕ ਨਾ ਲਾ ਕੇ ਆਸ਼ੀਰਵਾਦ ਦਿੱਤੇ ਔਰ ਆਹ ਜਿਹੜੇ ਸਾਹਮਣੇ ਬੈਠੇ ਆ ਮੇਰੇ ਪਰਿਵਾਰ ਦੇ ਪਰਿਵਾਰਕ ਮੈਂਬਰ ਹਨ ਇਹ ਕੋਈ ਮੇਰੇ ਸਪੋਰਟਰ ਨਹੀਂ ਹੈ ਅਗਰ ਇਹ ਸਪੋਰਟਰ ਹੁੰਦੇ ਤਾਂ ਸ਼ਾਇਦ ਅੱਜ ਆਪਦੀਆਂ ਕਣਕ ਤੇ ਵਾਢੀ ਛੱਡ ਕੇ ਇੱਕ ਦਿਨ ਦੇ ਨੋਟਿਸ ਤੇ ਰਾਜਾ ਵੜਿੰਗ ਨੂੰ ਤੇ ਫਰੀਦਕੋਟ ਦੀ ਉਮੀਦਵਾਰ ਨੂੰ ਮਿਲਣ ਵਾਸਤੇ ਸ਼ਾਇਦ ਸਮਾਂ ਨਾ ਕੱਢਦੇ ਮੈਂ ਜਦੋਂ ਦੋਵੇਂ ਆਪਣੇ ਸਾਥੀਆਂ ਨੂੰ ਜਸਪ੍ਰੀਤ ਸਿੰਘ ਪੜ੍ਹਾਈ ਵਾਲਾ ਤੇ ਗੁਰਪ੍ਰੀਤ ਸਿੰਘ ਮਣੀਆਲਾ ਸਾਹਿਬ ਨੂੰ ਪੁੱਛਿਆ ਤੇ ਨਾਲ ਸਾਡੇ ਚੇਅਰਮੈਨ ਸਾਹਿਬ ਨੂੰ ਨਰਿੰਦਰ ਕੌਣੀ ਸਾਹਿਬ ਭੁੰਦੜ ਸਾਹਿਬ ਸੰਸਾਰ ਸਿੰਘ ਮੱਲਣ ਸਾਹਿਬ ਜਗਸੀਰ ਸਿੰਘ ਸਾਡੇ ਪੱਤਰ ਕੋਟਲੀ ਸਾਹਿਬ ਤੇ ਸਾਡੇ ਦੋਨਾਂ ਬਲਾਕਾਂ ਪ੍ਰਧਾਨਾਂ ਨੂੰ ਹਾਂਟੀ ਤੇ ਸ਼ਰਮਾ ਜੀ ਨੂੰ ਤੇ ਦੀਪਕ ਜੀ ਤੇ ਬਿੰਟਾ ਜੀ ਤੇ ਐਮਸੀ ਸਾਹਿਬਾਨਾਂ ਨੂੰ ਮੈਂ ਕਿਹਾ ਯਾਰ ਬੰਦੇ ਆ ਜਾਣਗੇ ਤੇ ਇਹਨਾਂ ਨੇ ਕਿਹਾ ਵੀ ਤੁਸੀਂ ਆਵਾਜ਼ ਮਾਰੋ ਕੰਮ ਦੀ ਰੁੱਤ ਹੈ ਕੰਬਾਈਨਾਂ ਲੱਗਣੀਆਂ ਲੇਕਿਨ ਸਾਰੇ ਜਾਣੇ ਤੁਹਾਨੂੰ ਸੁਣਨ ਵਾਸਤੇ ਥੋੜਾ ਸੁਨੇਹਾ ਲੈ ਕੇ ਲੈਣ ਵਾਸਤੇ ਆਉਣਗੇ ਸੱਚ ਜਾਣਿਓ ਮੈਂ ਸੱਚ ਕਹਿ ਰਿਹਾ ਕਿ ਤੁਸੀਂ ਮੇਰੇ ਪਰਿਵਾਰ ਦੇ ਅੰਗ ਹੋ ਮੈਂ ਤੁਹਾਡੇ ਤੋਂ ਬਿਨਾਂ ਕੱਖ ਦਾ ਨਹੀਂ ਹੈ ਮੰਚ ਤੇ ਉਪਸਥਿਤ ਸਾਡੇ ਅੱਜ ਦੇ ਉਮੀਦਵਾਰ ਫਰੀਦਕੋਟ ਦੇ ਬੀਬੀ ਅਮਰਜੀਤ ਕੌਰ ਸਾਹੋਕੇ ਸਾਹਿਬ ਬਹੁਤ ਸਤਿਕਾਰਯੋਗ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਬਿੱਟੂ ਜੀ ਬਹੁਤ ਸਤਿਕਾਰਯੋਗ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਰਹੇ ਨਰਿੰਦਰ ਕੌਣੀ ਸਾਹਿਬ ਬਹੁਤ ਸਤਿਕਾਰਯੋਗ ਸਾਬਕਾ ਪ੍ਰਧਾਨ ਮੇਰੇ ਮਾਮਾ ਜੀ ਹਰਚਰਨ ਸਿੰਘ ਸੋਖਾ ਸਾਹਿਬ ਬਹੁਤ ਸਤਿਕਾਰਯੋਗ ਬਲਾਕ ਸਮਿਤੀ ਦੇ ਚੇਅਰਮੈਨ ਸ਼ਰਨਜੀਤ ਸਿੰਘ ਜੀ ਤੇ ਬਲਾਕ ਦੇ ਪ੍ਰਧਾਨ ਸਾਹਿਬ ਮੁਕਤਸਰ ਤੋਂ ਬੇਟਾ ਜੀ ਸਾਡੇ ਪ੍ਰਧਾਨ ਸਾਹਿਬ ਦੀਪਕ ਜੀ ਸਾਡੇ ਵਾਈਸ ਪ੍ਰਧਾਨ ਜਿਹੜੇ ਜ਼ਿਲ੍ਹੇ ਦੇ ਵਾਈਸ ਪ੍ਰਧਾਨ ਨੇ ਸ਼ਰਨਜੀਤ ਸਿੰਘ ਢੀਂਡਾ ਬਰਾਕ ਸਾਹਿਬ ਸਾਡੇ ਭਰਾ ਹਰੀਕੇ ਕਲਾ ਸਾਹਿਬ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਬਹੁਤ ਸਤਿਕਾਰਯੋਗ ਰਾਜਬਖਸ਼ ਕੰਬੋਜ ਫਿਰੋਜ਼ਪੁਰ ਤੋਂ ਜਗਸੀਰ ਸਿੰਘ ਮਾਝਾ ਪੁਰਾਣਾ ਸਾਹਿਬ ਸਾਡੇ ਮਹਿਲਾ ਕਾਂਗਰਸ ਦੀ ਪ੍ਰਧਾਨ ਸਾਡੀ ਭੈਣ ਮੁਕਤਸਰ ਦੇ ਬਹੁਤ ਸਤਿਕਾਰਯੋਗ ਸਾਡੇ ਪੰਚਾਇਤੀ ਰਾਜ ਦੇ ਚੇਅਰਮੈਨ ਸਾਡਾ ਮਾਮਾ ਬਾਈ ਕਿਲਿਆਰੀ ਤੋਂ ਵੀ ਇੱਥੇ ਸਾਡੇ ਗੁਰਜੰਤ ਸਿੰਘ ਬੈਠੇ ਨੇ ਬਹੁਤ ਸਤਿਕਾਰਯੋਗ ਬਿੰਦੂ ਰਮਾਣਾ ਜੀ ਸਾਡੇ ਬਲਾਕ ਦੇ ਪ੍ਰਧਾਨ ਬਹੁਤ ਸਤਿਕਾਰਯੋਗ ਜਸ਼ਨ ਚਹਿਲ ਸਾਹਿਬ ਜਗਦੀਸ਼ ਡੋਡਾ ਸਾਹਿਬ ਸੰਸਾਰ ਮੱਲਣ ਜੀ ਤੇ ਬੱਦਲ ਜੀ ਦਾ ਨਾਮ ਲੈ ਲਿਆ ਮੈਂ ਪਹਿਲਾਂ ਯੂਥ ਦੇ ਪ੍ਰਧਾਨ ਸਾਡੇ ਜ਼ਿਲ੍ਹੇ ਦੇ ਭੁੱਲਰ ਸਾਹਿਬ ਸਾਡਾ ਯੂਥ ਦਾ ਗਿੱਦੜਵੇ ਦਾ ਪ੍ਰਧਾਨ ਸਾਡਾ ਹੈਪੀ ਜੀ ਖਿਡਾਰੀਆ ਸਾਹਿਬ ਸਾਹਿਬ ਭੁੱਲਰ ਜੀ ਦਾ ਪਹਿਲਾਂ ਨਾਮ ਲਿਆ ਤੇ ਸਾਰੇ ਸਾਡੇ ਗੁਰਪ੍ਰੀਤ ਸਿੰਘ ਹਰੀਕੇ ਕਲਾ ਸਾਹਿਬ ਸਰਪੰਚ ਸਾਹਿਬ
ਸਾਡੇ ਸ਼ਿਵਾਜੀ ਬਲਾਕ ਦੇ ਪ੍ਰਧਾਨ ਸਾਹਿਬ ਮਲੋੜ ਤੋਂ, ਸਾਡੇ ਚਰਨਜੀਤ ਬਾਂਧ ਸਾਹਿਬ ਬੈਠੇ ਨੇ ਇਹ ਉਧਰ ਜਾਣ ਜਸਪ੍ਰੀਤ ਦੇ, ਸਾਡੇ ਸਾਥੀ ਯੂਥ ਵਾਲੇ ਸਾਰੇ ਬੈਠੇ ਆ, ਮਾਫੀ ਚਾਹੁੰਦੇ ਐਮਸੀ ਸਾਹਿਬਾਨ ਬੈਠੇ ਆ, ਸਰਪੰਚ ਸਾਹਿਬਾਨ ਬੈਠੇ ਆ, ਮੈਂਬਰ ਸਾਹਿਬਾਨ ਬੈਠੇ ਆ, ਜੇ ਕੋਈ ਸਾਥੀ ਰਹਿ ਗਿਆ। ਅਕਸਰ ਮੈਨੂੰ ਇਹ ਹਦਾਇਤ ਹੁੰਦੀ ਹੈ ਕਿ ਸਾਰਿਆਂ ਦਾ ਨਾਂ ਜਦੋਂ ਲਓਗੇ ਫਿਰ ਜਿਹੜੇ ਦੋ ਰਹਿ ਗਏ ਉਹ ਨਾਰਾਜ਼ ਹੋ ਜਾਣਗੇ। ਪਰ ਹਰ ਵਿਅਕਤੀ ਨੂੰ ਪਤਾ, ਮੈਂ ਹਰ ਵਿਅਕਤੀ ਦਾ ਮਾਣ ਸਨਮਾਨ ਕਰਦਾ ਹੈ। ਨਾ ਬੋਲਣ ਤੇ ਨਾ ਬੋਲਣ ਨਾਲ ਕੋਈ ਜ਼ਰੂਰੀ ਨਹੀਂ ਹੈ, ਸਾਰੇ ਮੇਰੇ ਵਾਸਤੇ ਤੁਸੀਂ ਬਹੁਤ ਜ਼ਰੂਰੀ ਹੋ। ਸਭ ਤੋਂ ਪਹਿਲਾਂ ਫਤਿਹ ਅੱਜ ਕਰਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਫੈਸਲਾ ਤੁਸੀਂ ਲੋਕਾਂ ਨੇ ਲੈਣਾ। ਰਾਜੇ ਮੈਨੂੰ ਤੁਸੀਂ ਪ੍ਰਧਾਨ ਬਣਾਤਾ, ਜੇ ਇਸ ਵਾਰੀ ਗਿੱਦੜਵੇ ਦੇ ਲੋਕ ਫਤਵਾ ਰਾਜੇ ਵੜਿੰਗ ਦੇ ਹੱਥ ਵਿਚ ਨਾ ਦਿੰਦੇ ਤਾਂ ਰਾਜਾ ਵੜਿੰਗ ਸ਼ਾਇਦ ਪੰਜਾਬ ਕਾਂਗਰਸ ਪਾਰਟੀ ਦਾ ਪ੍ਰਧਾਨ ਨਾ ਬਣਦਾ। 46 ਸਾਲਾਂ 44 ਸਾਲਾਂ ਚ ਸਭ ਤੋਂ ਛੋਟੀ ਉਮਰ ਦਾ ਪ੍ਰਧਾਨ ਦਰਬਾਰਾ ਸਿੰਘ ਤੋਂ ਲੈ ਕੇ ਹੁਣ ਤੱਕ ਤੁਹਾਡੀ ਕਿਰਪਾ ਦੇ ਨਾਲ ਕਾਂਗਰਸ ਦਾ ਪ੍ਰਧਾਨ ਰਾਜਾ ਵੜਿੰਗ, ਤੁਹਾਡੀ ਕਿਰਪਾ ਦੇ ਨਾਲ ਗਿੱਦੜ ਵਾਲੇ ਲੋਕਾਂ ਦੀ ਕਿਰਪਾ ਦੇ ਨਾਲ ਬਣਿਆ, ਜਾਂ ਬਾਬੇ ਨਾਨਕ ਦੀ ਕਿਰਪਾ ਦੇ ਨਾਲ। ਸਮਾਂ ਆਉਂਦਾ ਜਾਂਦਾ ਰਹਿੰਦਾ। ਰਾਜੇ ਵੜਿੰਗ ਨੂੰ ਕਈਆਂ ਨੇ ਪੋਸਟਰ ਲਾਉਂਦੇ ਵੇਖਿਆ, ਇਸ਼ਤਿਹਾਰ ਲਾਉਂਦੇ ਵੇਖਿਆ। ਰਾਜੇ ਵੜਿੰਗ ਨੂੰ ਕਈਆਂ ਨੇ ਬੱਸਾਂ ਤੇ ਚੜ੍ਹ ਕੇ ਭੀੜ ਦੇ ਵਿਚ ਭਾਸ਼ਣ ਦੇ ਕੇ ਲੋਕਾਂ ਦੇ ਲੀਡਰਾਂ ਦੇ ਨਾਅਰੇ ਲਾਉਂਦਾ ਵੀ ਵੇਖਿਆ। ਰਾਜੇ ਵੜਿੰਗ ਨੂੰ ਦਰਿਆ ਵਿਛਾਉਂਦਾ ਵੀ ਵੇਖਿਆ। ਤੇ ਮੈਨੂੰ ਯਾਦ ਹੈ ਜਦੋਂ ਮੈਂ ਗਿੱਦੜਵਾ ਦੀ ਧਰਤੀ ਤੇ ਪਹਿਲੀ ਵਾਰੀ ਆਇਆ ਤੇ 2007 ਦੇ ਵਿਚ ਜਦੋਂ ਮੇਰੇ ਮਨ ਚ ਇੱਛਾ ਸੀ, ਆਪਾਂ ਦੋਤੇ ਰੈਲੀ ਕੀਤੀ ਸੀ ਜਦੋਂ ਰਣਵੀਰ ਪ੍ਰਧਾਨ ਜੀ ਨੂੰ ਅਖੀਰਲੀ ਟਿਕਟ ਮਿਲੀ ਹੈ 2007 ਗਿੱਦੜਵਾ ਦੀ, ਆ ਗੋਦਾ ਦੀ ਦਾਣਾ ਮੰਡੀ ਦੇ ਵਿਚ। ਕਈਆਂ ਦੇ ਮਨ ਦੇ ਵਿਚ ਸ਼ੰਕਾ ਸੀ ਕਿ ਪਤਾ ਨੀ ਇਹ ਮੁੰਡਾ ਕੀ ਕਰੂਗਾ, ਇਹਨੂੰ ਟਿਕਟ ਨੀ ਮਿਲੇਗੀ, ਐਵੇਂ ਟੱਕਰਾਂ ਮਾਰਦਾ ਫਿਰਦਾ। ਫੇਰ ਲੋਕਾਂ ਨੇ ਕਿਹਾ ਵੀ ਟਿਕਟ ਮਿਲ ਗਈ, ਲੋਕ ਕਹਿੰਦੇ ਵੀ ਇਹ ਲੜੇਗਾ ਕਿਵੇਂ। ਆਪਣੀ ਇਮਤਿਹਾਨ ਦੀ ਘੜੀ ਸੀ 2012 ਚ, ਫਿਰ ਕਾਂਗਰਸ ਪਾਰਟੀ ਦੇ ਪਹਿਲੀ ਵਾਰੀ ਗਿੱਦੜਵੇ ਦੇ ਲੋਕਾਂ ਨੇ ਰੰਗ ਪਾ ਕੇ ਆਪਦੇ ਉੱਤੇ ਦੇਖਿਆ। 2012 ਚ ਨਹੀਂ, ਲੜ ਕੇ ਨਿਰਾਸ਼ ਹੋ ਕੇ ਬਹਿ ਜਾਣਾ ਕਰਦੇ। ਔਰ ਫਿਰ ਤੁਹਾਡੀ ਕਿਰਪਾ ਦੇ ਨਾਲ ਫਾਸਲਾ ਦੇ ਨਾਲ ਜਦੋਂ ਮਨਪ੍ਰੀਤ ਸਿੰਘ ਬਾਦਲ ਵੀ ਚੁਣਾਵ ਲੜੇ ਸੀ, ਖਜ਼ਾਨਾ ਮੰਤਰੀ ਸਨ, ਹੋਰ ਵੱਡੇ ਵੱਡੇ ਧਨਾਰ ਜਵਾਬ ਦੇ ਗਏ, ਆਪਾਂ ਫਰੀਦਕੋਟ ਦਾ ਗਿੱਦੜਵਾ ਛੱਡ ਕੇ ਬਠਿੰਡੇ ਲੜੇ ਸਾਂ, ਤੇ ਬੇਸ਼ੱਕ ਆਪਾਂ ਚੁਣਾਵ ਹਾਰ ਗਏ, ਲੇਕਿਨ ਤੁਹਾਡੀ ਕਿਰਪਾ ਦੇ ਨਾਲ ਬਾਦਲ ਵਾਲਿਆਂ ਦੇ ਨਾਸੀ ਧੂਆ ਦਿੰਦਾ ਸੀ ਤੁਹਾਡੀ ਕਿਰਪਾ ਦੇ ਨਾਲ। ਪਰ ਅੱਜ ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਦਾ, ਕਈ ਵਾਰੀ ਪੱਤਰਕਾਰ ਸਾਥੀ ਪੁੱਛਦੇ, ਕਈ ਵਾਰ ਹੋਰ ਵਿਅਕਤੀ ਪੁੱਛਦੇ, ਮੈਂ ਗਿੱਦੜਵਾ ਦੇ ਪਰਿਵਾਰ ਨੂੰ ਇਹ ਗੱਲ ਦੱਸਣੀ ਚਾਹੁੰਦਾ, ਮਾਮਾ ਜੀ ਫਿਰ ਗੱਲਾਂ ਕਰਦੇ ਲੜੇ, ਆਪਾਂ 20,000 ਵੋਟਾਂ ਦੇ ਫਰਕ ਨਾਲ ਹਾਰ ਗਏ, ਕੋਈ ਕਸਰ ਨਹੀਂ ਛੱਡੀ ਬਠਿੰਡੇ ਦੇ ਲੋਕਾਂ ਨੇ। ਇਸ ਵਾਰੀ ਆਪਾਂ ਪਹਿਲਾਂ ਤਿਆਰੀ ਵੀ ਕਰ ਰਹੇ ਸਾਂ, ਮੇਰੇ ਮਨ ਚ ਸੀਗਾ ਕਿ ਅਗਰ ਕਾਂਗਰਸ ਪਾਰਟੀ ਨੇ ਇਹ ਕਿਹਾ ਕਿ ਰਾਜਾ ਵੜਿੰਗ ਤੈਨੂੰ ਚੋਣ ਲੜਨੀ ਪੈਣੀ ਹੈ ਜਾਂ ਤੇਰੇ ਪਰਿਵਾਰ ਨੂੰ ਲੜਨੀ ਪੈਣੀ ਹੈ, ਪਰਿਵਾਰ ਆਪਣੇ ਆਪ ਟਿਕਟ ਨਹੀਂ ਮੰਗ ਸਕਦਾ, ਮੈਂ ਕੱਲ ਨੂੰ ਇਹ ਗੱਲ ਕਵਾਂ ਕਿ ਅੱਜ ਮੈਂ ਕਾਂਗਰਸ ਦਾ ਮੁਖੀ ਹਾਂ ਕਿ ਮੇਰੀ ਧਰਮ ਪੱਤੀ ਨੂੰ ਟਿਕਟ ਦਿੱਤੀ ਜਾਵੇ ਜਾਂ ਮੈਨੂੰ ਟਿਕਟ ਦਿੱਤੀ ਜਾਵੇ,
ਇਹ ਰਾਜੇ ਵੜਿੰਗਾ ਨਿਯਮਾਂ ਦੇ ਉਸਾ ਖਿਲਾਫ ਗੱਲ ਹੈ। ਲੋਕ ਕਹਿਣਗੇ ਇਹ ਅੱਜ ਪਹਿਲੇ ਦਿਨ ਹੀ ਆਪਣੇ ਪਰਿਵਾਰ ਨੂੰ ਅੱਗੇ ਲੈ ਕੇ ਚੱਲਣ ਲੱਗ ਪਿਆ। ਮੈਂ ਇਹ ਫੈਸਲਾ ਲਿਆ ਕਿ ਅਗਰ ਚੋਣ ਲੜਨੀ ਪਈ, ਅਗਰ ਰਾਹੁਲ ਗਾਂਧੀ ਨੇ ਕਿਹਾ ਕਿ ਨਹੀਂ ਤੈਨੂੰ ਹੀ ਚੋਣ ਲੜਨੀ ਪਏਗੀ, ਤਾਂ ਫਿਰ ਅਸੀਂ ਜ਼ਰੂਰ ਚੁਣਾਵ ਲੜਾਂਗੇ। ਅਗਰ ਉਨ੍ਹਾਂ ਨੇ ਮਜਬੂਰ ਨਾ ਕੀਤਾ ਤੇ ਆਪਾਂ ਚੁਣਾਵ ਨਹੀਂ ਲੜਾਂਗੇ। ਆਪਾਂ 13 ਦੀਆਂ 13 ਸੀਟਾਂ ਤੇ ਜਾ ਕੇ ਪ੍ਰਚਾਰ ਕਰਕੇ 13 ਦੀਆਂ 13 ਸੀਟਾਂ ਤੇ ਕੰਮ ਕਰਨ ਦਾ ਕੰਮ ਕਰਾਂਗੇ। ਮੈਂ ਇਹ ਤਾਂ ਨਹੀਂ ਕਹਿੰਦਾ ਜਿਵੇਂ ਭਗਵੰਤ ਮਾਨ ਜੀ ਕਹਿੰਦੇ ਆ ਵੀ 13-0 ਤੇ ਸੁਖਬੀਰ ਕੁਝ ਹੋਰ ਕਹਿੰਦੇ ਨੇ। ਮੈਂ ਇਹ ਕਹਿੰਦਾ ਕਿ ਇਸ ਮਿਹਨਤ ਦੇ ਨਾਲ ਜਿਹੜਾ ਕੱਲ ਮੈਂ ਹੁਸ਼ਿਆਰਪੁਰ ਜਾ ਕੇ ਆਇਆ ਔਰ ਕੱਲ ਨੂੰ ਪਟਿਆਲਾ ਵਿਖੇ ਪ੍ਰੈਸ ਕਾਨਫਰੰਸ ਕਰਨੀ ਹੈ ਸਾਰੇ ਲੀਡਰਾਂ ਨੇ ਗਾਂਧੀ ਸਾਹਿਬ ਦੇ ਹੱਕ ਵਿਚ, ਕਿਉਂਕਿ ਲੋਕਾਂ ਦੀਆਂ ਨਾਰਾਜ਼ਗੀਆਂ ਹੁੰਦੀਆਂ, ਲੋਕਾਂ ਦੇ ਸੁਪਨੇ ਹੁੰਦੇ ਹੈ। ਅੱਜ ਮੁਹੰਮਦ ਸਦੀਕ ਸਾਹਿਬ ਸਾਡਾ ਇੱਕ ਬਹੁਤ ਹੋਣਹਾਰ ਮੈਂਬਰ ਆਫ ਪਾਰਲੀਮੈਂਟ ਸੀਗਾ, ਉਮਰ 75-77 ਸਾਲ ਦੀ ਹੋ ਗਈ, ਲੇਕਿਨ ਉਸ ਵਿਅਕਤੀ ਨੇ ਆਪਣੀ ਚਿੱਟੀ ਪੱਗ ਤੇ ਦਾਗ ਵੀ ਲੱਗਣ ਦਿੱਤਾ। ਹਾਂ, ਲੋਕ ਨਿਰਾਸ਼ ਹੋ ਜਾਇਆ ਕਰਦੇ, ਲੋਕ ਲੀਡਰਾਂ ਦੇ ਖਿਲਾਫ ਜਦੋਂ ਕੋਈ ਯਾਦ ਤੇ ਨਹੀਂ ਪਹੁੰਚ ਸਕਦਾ, ਭੋਗ ਤੇ ਨਹੀਂ ਪਹੁੰਚ ਸਕਦਾ ਤਾਂ ਨਿਰਾਸ਼ਾ ਹੁੰਦੀ ਹੈ। ਮੇਰੇ ਨਾਲ ਵੀ ਕਈ ਲੋਕ ਨਿਰਾਸ਼ ਹੈ ਵੀ ਫਲਾਨੀ ਥਾਂ ਤੇ ਪਹੁੰਚਿਆ ਨਹੀਂ ਹੈ, ਇਹ ਸੁਭਾਵਿਕ ਹੈ, ਪਰ ਅਸੀਂ ਉਨ੍ਹਾਂ ਨੂੰ ਮਨਾਉਣਾ ਸਾਡਾ ਫਰਜ਼ ਹੈ। ਲੇਕਿਨ ਸਦੀਕ ਸਾਹਿਬ ਵਧੀਆ ਇਨਸਾਨ ਸਨ, ਇੱਕ ਡਿੰਪਲ ਮੁੰਡਾ ਹੈ, ਯੂਥ ਕਾਂਗਰਸ ਦਾ ਆਗੂ ਹੈ, ਮੇਰਾ ਛੋਟਾ ਭਰਾ ਹੈ, ਮੇਰੇ ਮਨ ਦੇ ਵਿੱਚ ਉਹਦੇ ਪ੍ਰਤੀ ਬੜਾ ਪਿਆਰ ਹੈ ਕਿ ਉਹਨੂੰ ਵੀ ਕਿਸੇ ਨਾ ਕਿਸੇ ਦਿਨ ਕਿਸੇ ਬੋਰਡ ਤੇ ਲੈ ਕੇ ਜਾਣਾ। ਕੱਲ ਉਹ ਨਾਰਾਜ਼ ਸੀਗਾ, ਵੀਡੀਓ ਪਾ ਰਿਹਾ ਸੀ, ਨਾਰਾਜ਼ਗੀ ਸੁਭਾਵਿਕ ਹੋ ਜਾਂਦੀ ਹੈ, ਇੱਕ ਮੰਨਦਾ ਸੀਗਾ। ਇਵੇਂ ਇੱਕ ਬਲਦੇਵ ਸਿੰਘ ਜੈਤੋ ਹੈ, ਸਾਬਕਾ MLA, ਉਹ ਵੀ ਵਿਚਾਰਾ ਤੁਰਿਆ ਫਿਰਦਾ, ਮਿਹਨਤ ਕੀਤੀ ਹੈ, ਭਰਾ ਹੈ। ਇਵੇਂ ਇੱਕ ਆਦੀਵਾਲ ਸਾਹਿਬ ਹੈ, ਉਹ ਵੀ ਹੈ। ਚਲੋ ਸੁਖਿੰਦਰ ਸਿੰਘ ਡੈਣੀ ਆਪਣਾ ਛੋਟਾ ਭਰਾ, ਉਹਨੇ ਚੁਣਾਵ ਲੜਨ ਤੋਂ ਕਿਹਾ ਕਿ ਮੈਂ ਵਿਡਰਾਅ ਕਰਦਾ, ਉਹ ਵੀ ਇੱਕ ਹੋਣਹਾਰ ਦਲਿਤ ਪੰਜਾਬ ਦਾ ਲੀਡਰ ਹੈ। ਇਹਨਾਂ ਸਾਰਿਆਂ ਦੇ ਨਾਲ ਗੱਲਬਾਤ ਕਰਕੇ, ਉਹਨਾਂ ਨਾਲ ਬਹਿ ਕੇ ਉਹਨਾਂ ਨੂੰ ਸਮਝਾਉਣਾ, ਨਾਲ ਲੈ ਕੇ ਜਾਣਾ, ਇਹ ਰਾਜੇ ਵੜਿੰਗ ਦੀ ਜ਼ਿੰਮੇਵਾਰੀ ਹੈ। ਅਗਰ ਰਾਜਾ ਵੜਿੰਗ ਆਪਣੇ ਆਪ ਮੈਦਾਨ ਦੇ ਵਿੱਚ ਹੁੰਦਾ ਤਾਂ ਸ਼ਾਇਦ ਮੈਂ ਇਹ ਜ਼ਿੰਮੇਵਾਰੀਆਂ ਨਹੀਂ ਦਿਵਾ ਸਕਦਾ ਸੀ। ਪਰ ਮੈਂ ਜਾਣਦਾ ਆਹੀ ਪੱਤਰਕਾਰ ਮੇਰੇ ਸਾਥੀ, ਇਹਨਾਂ ਨੇ ਕਹਿਣਾ ਸੀ ਲਓ ਰਾਜਾ ਵੜਿੰਗ ਨੇ ਹੁਣ 13 ਸੀਟਾਂ ਛੱਡ ਕੇ ਇੱਕ ਆਪਣੇ ਪਰਿਵਾਰ ਦੇ ਲਾਲਚ ਦੇ ਪਿੱਛੇ ਇਕੱਲਾ ਆ ਕੇ ਬਠਿੰਡੇ ਪੈ ਗਿਆ। ਮੈਂ ਕਿਹਾ ਮੈਂ ਸਾਰੀ ਉਮਰ ਆਪਣੇ ਉੱਤੇ ਕਲੰਕ ਨਹੀਂ ਲਵਾਉਣਾ ਬਾਦਲਾਂ ਵਾਲਿਆਂ ਨਾਲ, ਤਾਂ ਜੇ ਜ਼ਿੰਦਗੀ ਰਹੀ, ਅੱਜ 44 ਸਾਲ ਦੀ ਉਮਰ ਹੈ, ਫਿਰ ਦੁਬਾਰੇ ਮੌਕਾ ਮਿਲ ਜਾਣਾ, ਫਿਰ ਲੜਾਂਗੇ, ਪਰ ਲੜਦੇ ਰਹਾਂਗੇ ਬਾਦਲ ਪਰਿਵਾਰ ਦੇ ਨਾਲ, ਕਿਉਂਕਿ ਆਪਾਂ ਬਾਦਲਾਂ ਨਾਲ ਲੜ ਲੜ ਕੇ ਇੱਥੇ ਆਏ ਹਾਂ। ਕਈ ਤਰ੍ਹਾਂ ਦੀਆਂ ਅਫਵਾਹਾਂ ਗੱਲਾਂ ਉਹ ਬੈਠਿਆ ਲੋਕਾਂ ਨੇ ਛੱਡਣਾ ਨਹੀਂ ਸੀ। ਆਹ ਸੰਗਰੂਰੋਂ ਖਹਿਰਾ ਲੜਾਇਆ ਸੁਖਪਾਲ ਸਿੰਘ ਖਹਿਰਾ, ਮੈਂ ਕਿਹਾ ਜੇ ਖਹਿਰਾ ਨਾ ਉੱਥੋਂ ਲੜਦਾ ਤੇ ਲੋਕਾਂ ਨੇ ਕਹਿਣਾ ਸੀ ਰਾਜੇ ਵੜਿੰਗ ਦੇ ਪੱਤਰਕਾਰਾਂ ਨੇ, ਤੇ ਆਹ ਜਿਹੜੇ ਫੇਸਬੁੱਕੀ ਨਵੇਂ ਮੁੰਡੇ ਕਈ ਵਾਰੀ ਫੇਸਬੁੱਕ ਤੇ ਜੋ ਮਰਜ਼ੀ ਕਹਿ ਦਿੰਦੇ ਆ, ਕਿਉਂਕਿ ਕਿਹੜਾ ਜ਼ੋਰ ਲੱਗਦਾ ਕਿ ਯਾਰ ਪਰਿਵਰਤਨਾਂ ਨਾਲ ਗੱਲ ਕਰ ਲਈ, ਸੁਖਪਾਲ ਖਹਿਰਾ ਨਹੀਂ ਦਿੱਤਾ, ਤੇ ਹੁਣ ਜੇ ਸੁਖਪਾਲ ਖਹਿਰਾ ਉੱਥੇ ਦੇਤਾ ਕਹਿੰਦੇ ਇੱਥੇ ਕੋਈ ਗੱਲ ਹੋ ਗਈ, ਕੋਈ ਜਗ੍ਹਾ ਫਿਰੋਜ਼ਪੁਰ ਲੜਾਂਗੇ। ਜਿਹੜਾ ਘਰੋਂ ਬਾਹਰ ਨਹੀਂ ਨਿਕਲਦਾ ਉਹ ਜੋ ਮਰਜ਼ੀ ਫੇਸਬੁੱਕ ਤੇ ਲਿਖ ਦਿੰਦਾ। ਸੋ ਮੇਰੇ ਕਹਿਣ ਦਾ ਮਤਲਬ ਹੈ ਰਾਜਾ ਵੜਿੰਗ ਸੰਘਰਸ਼ ਹੈ, ਔਰ ਜ਼ਿੰਦਗੀ ਭਰ ਜਦੋਂ ਦਾ ਮੈਂ ਜੰਮਿਆ
ਉਦੋਂ ਦਾ ਸੰਘਰਸ਼ ਦੇ ਵਿੱਚ ਜੂਝ ਰਹੇ ਹੈ ਔਰ ਸੰਘਰਸ਼ ਕਰ ਕਰਕੇ ਲੜ ਲੜ ਕੇ ਆਰਾਮ ਨਾਲ ਮੈਨੂੰ ਕੁਝ ਨਹੀਂ ਮਿਲਿਆ ਜ਼ਿੰਦਗੀ ਦੇ ਵਿੱਚ। 16 ਤੋਂ 18 ਘੰਟੇ ਕੰਮ ਕਰਕੇ ਰਾਜਾ ਸਿੰਘ ਨੇ ਆਹ ਪ੍ਰਾਪਤੀ ਕੀਤੀ ਹੈ। ਤੁਹਾਡੀ ਕਿਰਪਾ ਦੇ ਨਾਲ ਬਾਬੇ ਨਾਨਕ ਜੀ ਕਿਰਪਾ ਦੇ ਨਾਲ ਤੁਸੀਂ ਕਿੱਧਰ ਗਏ, ਤੁਸੀਂ ਕਿੱਧਰ ਗਏ ਆਰੇ ਬੈਠੇ ਹੋ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਸ ਇਲਾਕੇ ਦੀ ਨੁਮਾਇੰਦਗੀ ਕੀਤੀ ਹੈ, ਸਰਦਾਰ ਮਨਪ੍ਰੀਤ ਸਿੰਘ ਬਾਦਲ ਉਹਨਾਂ ਨੇ ਇਸ ਇਲਾਕੇ ਦੀ ਨੁਮਾਇੰਦਗੀ ਕੀਤੀ ਹੈ। ਆ ਬੈਠਾ ਇੱਥੇ ਮਗਰਲੇ ਪਾਸੇ ਕੌਣੀ ਸਾਹਿਬ ਵੀ ਬੈਠੇ, ਪਾਲਾ ਕੌਣ ਵੀ ਬੈਠਾ, ਆ ਪਿੰਡਾਂ ਦੇ ਸਰਪੰਚ ਮਗਰਲੇ ਪਾਸੇ ਉਹ ਬੈਠੇ, ਸਾਰੇ ਇੱਧਰ ਬੈਠੇ, ਆ ਐਮਸੀ ਸਾਹਿਬਾਨ ਬੈਠੇ ਨੇ, ਆਪਦੇ ਦਿਲ ਦੇ ਹੱਥ ਰੱਖ ਕੇ ਢੋਲ ਕੇ ਮਿਲੀ ਦੇ ਸਾਡੇ ਅੱਜ ਸਰਕਾਰੀ ਆਗੂ ਸਾਹਿਬਾਨ ਦੁਕਾਨਦਾਰ ਭਰਾ ਉਹ ਵੀ ਇੱਥੇ ਬੈਠੇ, ਹੱਥ ਰੱਖ ਕੇ ਢੋਲ ਆਪਦੇ ਦਿਲ ਤੇ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਇਲਾਕੇ ਦੀ ਅਗਵਾਈ ਕੀਤੀ, ਮਨਪ੍ਰੀਤ ਸਿੰਘ ਬਾਦਲ ਨੇ ਅਗਵਾਈ ਕੀਤੀ। ਜੇ ਇੰਨੀ ਤਰੱਕੀ ਜਿੱਦਣ ਵਿੱਚ ਕਿਸੇ ਨੇ ਕਰਾਈ ਹੈ, ਕੇਵਲ 3 ਮਹੀਨੇ ਮੰਤਰੀ ਬਣਿਆ ਤੁਹਾਡਾ ਮੁੰਡਾ, ਜਿੱਦਣ ਵਿੱਚ ਕਾਲਜ ਨਹੀਂ ਸੀ, ਜਿੱਦਣ ਵਿੱਚ ਹਸਪਤਾਲ ਨਹੀਂ ਸੀ ਟੋਪ ਦਾ, ਕਾਲਜ ਲੈ ਕੇ ਆਇਆ, ਨਵੇਂ ਹਸਪਤਾਲ ਬਣਾਏ, ਕਚਹਿਰੀਆਂ ਬਣਾਈਆਂ, ਸੜਕਾਂ, ਲੋਕ ਪਹਿਲਾਂ ਹਰ ਕਹੋ ਆ ਗਿੱਦੜਵੇ ਦੇ ਲੋਕ ਹੈ, ਕਹੋ ਵੀ ਰਾਜੇ ਹੋਈ ਨੇ ਸਾਡਾ 10 ਰੁਪਈਏ ਵੀ ਕਦੇ ਸਾਡੇ ਤੋਂ ਅੱਗੇ ਲੈ ਰਹੇ। ਥੱਲੇ ਕੀ ਹੋ ਰਿਹਾ ਕਈ ਵਾਰੀ ਸਾਰੀਆਂ ਗੱਲਾਂ ਪਤਾ ਨਹੀਂ ਲੱਗਦੀਆਂ, ਤੁਸੀਂ ਸਾਰੀਆਂ ਗੱਲਾਂ ਤੋਂ ਜਾਣੂ ਨਹੀਂ ਹੁੰਦੇ। ਆ ਕਈ ਵਾਰੀ ਮੈਨੂੰ ਪਤਾ ਲੱਗਦਾ, ਆ ਕਈ ਵਾਰੀ ਗੁਰਪ੍ਰੀਤ ਸਾਡਾ ਮੇਰਾ ਛੋਟਾ ਭਰਾ ਹੈ, ਬੜਾ ਪਿਆਰਾ ਹੈ, ਕਦੇ ਗੁੱਸੇ ਹੋ ਜਾਂਦਾ, ਇਹਨੇ ਕਿਡਨੀ ਬਦਲਾਈ ਹੈ, ਬਲੱਡ ਪ੍ਰੈਸ਼ਰ ਦਾ ਮਰੀਜ਼ ਹੈ, ਕਈ ਵਾਰੀ ਕਿਸੇ ਨੂੰ ਔਖਾ ਉੱਚੀ ਬੋਲਦਾ, ਕਦੇ ਜਸਪ੍ਰੀਤ ਵੀ ਔਖਾ ਬੋਲ ਸਕਦਾ, ਕਈ ਮੇਰੇ ਘਰੇ ਹੋ ਸਕਦਾ ਕਿਸੇ ਨੂੰ ਸਤਿਕਾਰ ਨਾ ਮਿਲਿਆ ਹੋਵੇ, ਲੇਕਿਨ ਰਾਜੇ ਮੈਨੂੰ ਜਦੋਂ ਜਦੋਂ ਤੁਸੀਂ ਸਾਹਮਣੇ ਮੈਨੂੰ ਮਿਲੇ ਹਾਂ, ਮੈਂ ਬਾਹਲਾ ਕਿਤੇ ਭੱਜ ਨਸਤ ਨਾ ਹੋਵਾਂ, ਲੇਕਿਨ ਕੋਈ ਕਦੇ ਸਰਕਾਰ ਚ ਕਮੀ ਨਹੀਂ ਛੱਡਣੀ ਹੈ, ਮੇਰੇ ਚ ਕੋਈ ਤਬਦੀਲੀ ਨਹੀਂ ਆਈ। ਮੈਂ ਅੱਜ ਕਾਂਗਰਸ ਪਾਰਟੀ ਦਾ ਪ੍ਰਧਾਨ ਬਣ ਗਿਆ, ਲੇਕਿਨ ਮੇਰੇ ਜੀਵਨ ਦੇ ਵਿੱਚ ਜਿਵੇਂ ਮੈਂ ਪੈਰੀ ਹੱਥ ਲਾਉਂਦਾ ਸੀ ਪਹਿਲਾਂ, ਉਹਦੇ ਅੱਜ ਵੀ ਨਰਿੰਦਰ ਭੁੱਲਾ ਜੀ ਅੱਜ ਵੀ ਉਹਦੇ ਮੈਂ ਪੈਰੀ ਹੱਥ ਲਾਉਣਾ, ਜਿਹਨੂੰ ਸਿਰ ਨਵਾ ਕੇ ਮਿਲਦਾ ਸੀ ਅੱਜ ਵੀ ਉਹਨੂੰ ਮੈਂ ਸਿਰ ਨਵਾ ਕੇ ਮਿਲਦਾ। ਕਿਉਂ? ਕਿਉਂਕਿ ਗਿੱਦੜਵੇ ਦੇ ਲੋਕਾਂ ਦੀ ਬਦੌਲਤ ਇਸ ਮਿੱਟੀ ਵਿੱਚ ਪਏ ਰਾਜੇ ਬਣੇ ਨੂੰ ਤੁਸੀਂ ਅੱਜ ਦੁਨੀਆ ਦੇ ਵਿੱਚ ਰਾਜੇ ਬਣੇ ਦਾ ਨਾਮ ਬਣਾਇਆ ਹੈ, ਤੇ ਮੈਂ ਵੀ ਕੋਈ ਤੁਹਾਡੇ ਨਾਲ ਇਸ ਗੱਲ ਦੀ ਕਸਰ ਨਹੀਂ ਛੱਡਦਾ। ਇੱਕ ਯਾਦ ਰੱਖਿਓ, ਮੇਰੀ ਪਰਸੋਂ ਚੌਥੇ ਇੰਟਰਵਿਊ ਸੀਗੀ ਤੇ ਉਹਨਾਂ ਨੇ ਚਲਾਤਾ ਕਿ ਰਾਜਾ ਵੜਿੰਗੀ ਸ਼ਾਇਦ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ ਸਵੇਰੇ ਨਾ। ਰਾਜੇ ਵੜਿੰਗ ਨੂੰ ਹਰ ਵਿਅਕਤੀ ਦੀ ਇੱਛਾ ਹੁੰਦੀ ਹੈ ਕਿ ਜਿਹਦੇ ਕੋਲ ਸਾਈਕਲ ਹੈ ਦਾਰਾ ਸਿੰਘ ਜੀ ਉਹ ਮੋਟਰਸਾਈਕਲ ਲਵੇ, ਜਿਹਦੇ ਕੋਲ ਮੋਟਰਸਾਈਕਲ ਹੈ ਉਹ ਕਾਰ ਲਵੇ, ਜਿਹਦੇ ਕੋਲ 5 ਮਰਲਿਆਂ ਚ ਮਕਾਨ ਹੈ ਉਹ 10 ਮਰਲਿਆਂ ਚ ਪਾਵੇ। ਇਹ ਹਰ ਵਿਅਕਤੀ ਦੀ ਇੱਛਾ ਹੈ। ਜਿਹੜਾ ਸਰਪੰਚ ਬਣ ਗਿਆ ਉਹ ਚੇਅਰਮੈਨ ਬਣੇ, ਜਿਹੜਾ ਚੇਅਰਮੈਨ ਬਣ ਗਿਆ ਉਹ ਐਮਐਲਏ ਬਣੇ ਇੱਛਾ, ਤੇ ਜਿਹੜਾ ਐਮਐਲਏ ਬਣ ਗਿਆ ਉਹ ਮੰਤਰੀ ਬਣੇ, ਔਰ ਜਿਹੜਾ ਮੰਤਰੀ ਬਣ ਗਿਆ ਉਹ ਇੱਛਾ ਕਿ ਮੈਂ ਕਦੇ ਨਾ ਕਦੇ ਮੁੱਖ ਮੰਤਰੀ ਬਣਾ, ਉਹ ਇੱਛਾ ਕਦੇ ਨਾ ਕਦੇ ਗਿੱਦੜਵੇ ਦੇ ਲੋਕਾਂ ਨੇ ਤੇ ਸੱਚੇ ਪਾਤਸ਼ਾਹ ਨੇ ਪੂਰੀ ਕਰਨੀ ਹੈ। ਪਰ ਮੇਰੇ ਚ ਸਬਰ ਹੈ, ਉਹਦਾ ਮਤਲਬ ਇਹ ਨਹੀਂ ਹੈ ਕਿ ਮੇਰੇ ਚ ਇੱਛਾ ਹੈ ਤਾਂ ਮੈਂ ਕਹਿੰਦਾ ਕਿ ਮੈਂ ਕੱਲ ਨੂੰ ਹੀ ਮੁੱਖ ਮੰਤਰੀ ਬਣਾਂਗਾ ਨਾ, ਮੈਂ ਸੰਘਰਸ਼ ਕਰਾਂਗਾ, ਮੈਂ ਕੰਮ ਕਰਾਂਗਾ, ਇਮਾਨਦਾਰੀ ਰੱਖਾਂਗਾ, ਅੱਜ ਨਹੀਂ 5 ਸਾਲਾਂ ਨੂੰ, 10ਸਾਲਾਂ ਨੂੰ, 15 ਨੂੰ, 20 ਨੂੰ। ਮੇਰੇ ਮਨ ਦੇ ਵਿੱਚ ਇੱਛਾ ਹੈ ਕਿ ਮਰਨ ਤੋਂ ਪਹਿਲਾਂ ਇੱਕ ਵਾਰੀ ਬੜਿੰਗ ਸਾਬਕਾ ਮੁੱਖ ਮੰਤਰੀ ਜਾਂ ਮੁੱਖ ਮੰਤਰੀ ਆਪਣੇ ਨਾਲ ਰਖਾਉਣਾ ਹੈ। ਕਦੇ ਉਹ ਇੱਛਾ
ਪੂਰੀ ਹੁੰਦੀ ਹੈ ਨਹੀਂ ਹੁੰਦੀ ਉਹ ਸੱਚੇ ਪਾਤਸ਼ਾਹ ਹੀ ਕਰਨਾ, ਪਰ ਮੈਂ ਕਰਮ ਕਰਨਾ। ਆ ਕਈਆਂ ਪੱਤਰਕਾਰ ਮੇਰੇ ਸਾਥੀਆਂ ਨੇ ਲਾਦਾ ਰਾਜਾ ਵਾਲੀ ਮੁੱਖ ਮੰਤਰੀ, ਮੈਂ ਕਾਲਾ ਨਹੀਂ ਹਾਂ। ਮੇਰੀ 44 ਸਾਲ ਉਮਰ ਹੈ, ਬੜਾ ਲੰਬਾ ਸਮਾਂ ਪਿਆ। ਮੇਰੇ ਨਾਲੋਂ ਸੀਨੀਅਰ ਲੋਕ ਪਏ ਹੈ, ਮੇਰੇ ਨਾਲੋਂ ਵੱਡੇ ਆਗੂ ਬੈਠੇ ਹੈ। ਬੇਸ਼ੱਕ ਅੱਜ ਮੈਂ ਪੰਜਾਬ ਦੀ ਪਾਰਟੀ ਕਾਂਗਰਸ ਦਾ ਮੁਖੀ ਹਾਂ, ਲੇਕਿਨ ਸਬਰ ਤੇ ਸ਼ੁਕਰ ਬਾਣੀ ਚਾਹੁੰਦਾ ਕਿ ਜਿਹੜਾ ਸਬਰ ਰੱਖਦਾ ਹੈ, ਸਬਰ ਦਾ ਫਲ ਮਿੱਠਾ ਹੁੰਦਾ ਹੈ ਤੇ ਰੱਬ ਨੂੰ ਹੌਲੀ 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 ਦਿੰਦਾ ਰਹਿੰਦਾ। ਤੇ ਜੇ ਫਿਰ ਇੱਥੇ ਲਿਖਿਆ ਬਾਣੀ ਚਾਹੁੰਦਾ, ਲੇਖ ਨਾ ਮੇਖ ਸਕਾ ਕੋਈ ਜੋ ਲੇਖਿਆ ਕਰਤਾਰ। ਮੇਰੀ ਮਾਂ ਨੇ ਜਦੋਂ ਮੈਨੂੰ ਜੰਮਿਆ ਸੀਗਾ ਤੇ ਜਦੋਂ ਮੇਰੀ ਮਾਂ ਤੇ ਬਾਪ ਚਲੇ ਗਏ, ਉਦੋਂ ਮੇਰੇ ਮਾਮੇ ਨੇ ਤੇ ਰਿਸ਼ਤੇਦਾਰਾਂ ਨੇ ਕਦੇ ਕਲਪਨਾ ਨਹੀਂ ਕੀਤੀ ਹੋਣੀ ਕਿ ਸਾਡਾ ਇਹ ਮੁੰਡਾ ਪੰਜਾਬ ਦਾ ਪ੍ਰਧਾਨ ਤੇ 3 ਵਾਰੀ MLA ਬਣੇਗਾ। ਇਹ ਪਤਾ ਨਹੀਂ ਹੈ ਸੱਚੇ ਪਾਤਸ਼ਾਹ ਦਾ, ਕੀ ਪਤਾ ਕਿਹੜਾ ਬੰਦਾ ਮੰਚ ਤੇ ਬੈਠਾ ਰਾਜੇ ਬਣੇਗਾ ਉਹ ਵੀ ਅਕੇਲਾ ਕਿਤੇ, ਕੋਈ ਪਤਾ। ਕਰਮ ਕਰਦੇ ਚਲੋ, ਕਰਮ ਕਰਦੇ ਚਲੋ, ਮਿਹਨਤ ਦੇ ਨਾਲ ਤੁਸੀਂ ਆਪਦੇ ਕਰਮ ਬਣਾ ਸਕਦੇ ਹੋ ਔਰ ਕਰਮ ਬਦਲ ਸਕਦੇ ਹੋ। ਇਹ ਰਾਜੇ ਬਣੇ ਦਾ ਤਜਰਬਾ ਹੈ, ਪਰ ਕਦੇ ਕਿਤੇ ਵੀ ਰਵਾਂਗਾ। ਆਉਣ ਵਾਲੇ ਸਮੇਂ ਚ ਪਤਾ ਲੱਗੇਗਾ, ਕਈ ਵਾਰੀ ਗੱਡੀ ਐ ਚੱਲਦੀ ਰਹਿੰਦੀ ਹੈ, ਕਦੇ ਉੱਤੇ ਕਦੇ ਥੱਲੇ, ਕਦੇ ਉੱਤੇ ਕਦੇ ਥੱਲੇ। ਜ਼ਿੰਦਗੀ ਹੈ, ਹਮੇਸ਼ਾ ਸਰੀਰ ਤੰਦਰੁਸਤ ਨਹੀਂ ਹੁੰਦਾ, ਕਦੇ ਤੁਸੀਂ ਬਿਮਾਰ ਵੀ ਹੋ ਜਾਂਦੇ ਹੋ, ਢਹਿ ਢਹਿ ਵੀ ਹੋ ਜਾਂਦੇ ਹੋ। ਸੋ ਸਮਾਂ ਆਉਂਦਾ ਜਾਂਦਾ ਰਹਿੰਦਾ, ਕਈ ਵਾਰੀ ਸਮਾਂ ਡਾਊਨ ਹੁੰਦਾ, ਕਈ ਵਾਰੀ ਸਮਾਂ ਚੜ੍ਹਦੀ ਕਲਾ ਚ ਹੁੰਦਾ, ਕਦੇ ਡਾਊਨ ਹੁੰਦਾ, ਲੇਕਿਨ ਘਬਰਾਉਣਾ ਨਹੀਂ ਹੈ। ਜੇ ਘਬਰਾ ਕੇ ਭੱਜ ਕੇ ਰਾਜਾ ਬਣੇ ਨੂੰ ਨਰਿੰਦਰ ਮੋਦੀ ਸੱਦ ਸਕਦਾ। ਮੈਂ ਸੌਦਾ ਕਰ ਲਵਾਂ ਅੱਜ, ਉਹ ਕਾਂਗਰਸ ਦਾ ਪ੍ਰਧਾਨ ਹੈ, ਜਿਹਦੇ ਨਾਲ ਮਰਜ਼ੀ ਸੌਦਾ ਕਰ ਲਾ, ਅੱਜ ਦੇਸ਼ ਦੇ ਵਿੱਚ ਕਿਸੇ ਚੀਜ਼ ਦਾ ਸੌਦਾ ਕਰ ਲਾ, ਲੇਕਿਨ ਸੌਦਾ ਨਹੀਂ ਕਰਨਾ, ਅੜ ਕੇ ਰਹਿਣਾ। ਜੇ ਕਿਸੇ ਦੇ ਮਨ ਚ ਕੋਈ ਆਕਰ ਸ਼ੱਕ ਤੇ ਸ਼ੁਭਾ ਹੋਏਗਾ, ਉਹ ਆਉਣ ਵਾਲੇ 1.5 ਮਹੀਨੇ ਨੂੰ ਨਿਕਲ ਜਾਏਗਾ, ਜਦੋਂ ਵੇਖਣਗੇ ਕਿ ਰਾਜਾ ਬਣੇਗੀ। ਨਹੀਂ ਯਾਰ, ਸਾਨੂੰ ਨੀ ਲੱਗਦਾ ਆ ਗੱਲ, ਇਹ ਤਾਂ ਮੀਡੀਆ ਵਾਲਿਆਂ ਨੇ ਭੁਲੇਖਾ ਪਾਇਆ, ਪਰ ਇਹ ਜਿਹਾ ਬੰਦਾ ਨਹੀਂ ਹੈ। ਮੇਰੀਆਂ ਹਰ ਜਗ੍ਹਾ ਤੋਂ ਪਤਾ ਲੱਗ ਜਾਏਗਾ ਤੁਹਾਨੂੰ ਆਉਣ ਵਾਲੇ ਸਮੇਂ। ਸੋ ਕਹਿਣ ਦਾ ਮਤਲਬ ਹੈ, ਕਿੱਲੇ ਤੇ ਖੜੇ ਰਹੋ, ਘਬਰਾਓ ਨਹੀਂ। ਇਹ ਛੋਟੇ ਮੋਟੇ ਕੰਮ ਚਾਹੁੰਦੇ ਨੇ ਜੇ, ਇਹ ਛੋਟੀਆਂ ਮੋਟੀਆਂ ਤਾਕਤਾਂ ਦੇ ਸਾਹਮਣੇ ਕਈ ਵਾਰੀ ਬੰਦੇ ਝੁਕ ਜਾਂਦੇ ਔਰ ਕਹਿੰਦੇ ਕਿ ਯਾਰ ਚਲੋ ਫਾਇਦਾ ਲੈ ਲਈਏ। ਇਹ ਫਾਇਦੇ ਨੇ ਸਾਰੀ ਉਮਰ ਨਹੀਂ ਜਾਣਾ, ਨਾਲ ਬੰਦੇ ਦਾ ਕਿਰਦਾਰ ਜਾਣਾ, ਕਿਰਦਾਰ। ਔਰ ਅਗਰ ਤੁਸੀਂ ਆਪਦੇ ਕਿਰਦਾਰ ਨੂੰ ਕਾਇਮ ਰੱਖੋਗੇ ਤਾਂ ਕੋਈ ਦੁਨੀਆਂ ਦੀ ਤਾਕਤ ਤੁਹਾਨੂੰ ਰੋਕ ਨਹੀਂ ਸਕੇਗੀ। ਔਰ ਮੈਂ ਅੰਤ ਵਿੱਚ ਬੇਨਤੀ ਕਰਨੀ ਚਾਹੁੰਦਾ ਤੁਹਾਨੂੰ ਲੋਕਾਂ ਨੂੰ, ਅੱਜ ਲੜਾਈ ਕੀ ਹੈ, ਆਪਾਂ ਲੜਨਾ ਨਹੀਂ ਹੈ। ਕਰਮੀ ਵਾਲੇ ਉਹ ਬੰਦੇ ਘੱਟਾਏ, ਅੱਜ ਮੈਨੂੰ ਇਹ ਪਤਾ ਲੱਗਿਆ ਥੋੜੇ ਬੰਦੇ ਆਏ ਹੋ ਕਰਮੀ ਵਾਲੇ। ਮੈਨੂੰ ਪਤਾ ਪਿੰਡ ਵੀ ਛੋਟਾ ਹੈ, ਪਰ ਦੇਖ ਲਓ ਮੈਨੂੰ ਖਬਰ ਕਿਹੜੀ ਕਿਹੜੀ ਹੈ। ਉਸ ਨਾਲ ਤੋਂ ਥੋੜੇ ਜਿਹੇ ਬੰਦੇ ਘੱਟ ਆਏ ਅੱਜ, ਨਾ ਸਰਜੀਤ ਸਿਆਹ ਘੱਟ ਆਏ, ਮੈਂ ਤਾਂ ਨਹੀਂ ਆਏ ਨੂੰ, ਮੈਂ ਨਹੀਂ ਆਏ। ਮੈਂ ਨਾਲ ਦੀ ਨਾਲ ਆਪਦੇ ਕੰਪਿਊਟਰ ਚ ਖਬਰ ਲੈ ਲੈਣਾ। ਮੇਰੇ ਕਹਿਣ ਦਾ ਮਤਲਬ, ਹੁਣ ਰੌਲਾ ਕੀ ਹੈ, ਪਿੰਡਾਂ ਚ ਜਾ ਕੇ ਤੁਸੀਂ ਤਾਂ ਕਾਂਗਰਸੀ ਹੋ, ਮੈਂ ਤੁਹਾਡੇ ਤੋਂ ਵੋਟਾਂ ਨਹੀਂ ਮੰਗਣੀਆਂ, ਤੁਸੀਂ ਪਾਉਣੀਆਂ ਆਪਦੀ ਵੋਟਾਂ, ਤੁਸੀਂ ਬਕਸੇ ਭਰਨੇ। ਮੈਂ ਤੁਹਾਨੂੰ ਕੀ ਕਹਿਣਾ ਚਾਹੁੰਦਾ, ਜਿਹੜਾ ਤੁਸੀਂ ਪ੍ਰਚਾਰ ਕਰਨਾ, ਅੱਜ ਲੜਾਈ ਕਿਹਦੀ ਹੈ,
ਅੱਜ ਲੜਾਈ ਨਰਿੰਦਰ ਮੋਦੀ ਨਾਲ ਹੈ, ਦੇਸ਼ ਦੇ ਉਸ ਜਾਬਰ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਲੜਾਈ ਹੈ। ਅਗਰ ਇਸ ਵਾਰੀ ਨਰਿੰਦਰ ਮੋਦੀ ਦੁਬਾਰੇ ਵੰਡਿਆ ਤਾਂ ਪੰਜਾਬ ਦਾ ਨਕਸ਼ੇ ਤੋਂ, ਹਿੰਦੁਸਤਾਨ ਦੇ ਨਕਸ਼ੇ ਤੋਂ ਨਾਮ ਮਿਟ ਜਾਏਗਾ, ਪੰਜਾਬ ਹਟ ਜਾਏਗਾ। ਪੰਜਾਬੀਆਂ ਦੇ ਪ੍ਰਤੀ ਇੰਨੀ ਨਫ਼ਰਤ ਹੈ, ਇਸੇ ਕਰਕੇ ਕਲਕੱਤੇ ਦੇ ਵਿੱਚ ਦੋ ਔਰਤਾਂ ਬੀਜੇਪੀ ਦੀਆਂ ਜਿਨ੍ਹਾਂ ਦੇ ਗਲ ਚ ਪੁੱਟਾ ਪਾਇਆ ਗਿਆ ਸੀ, ਫੁੱਲ ਦਾ ਅੰਦੋਲਨ ਕਰ ਰਹੀਆਂ ਸਨ। ਇੱਕ ਪੁਲਿਸ ਵਾਲੇ ਪੱਗ ਵਾਲੇ ਬੰਦੇ ਨੇ ਜਿਹੜਾ ITS ਵੱਡਾ ਮੁਖੀ ਸੀ, ਉਹਨੇ ਉਹਨਾਂ ਨੂੰ ਰੋਕਿਆ ਤੇ ਉਹਨਾਂ ਨੇ ਪਤਾ ਕੀ ਕਿਹਾ, ਨੰਬਰਦਾਰ ਸਾਹਿਬ, ਭਰਾਜਣ ਸਾਹਿਬ, ਉਹ ਕੁੜੀਆਂ ਕਹਿੰਦੀਆਂ ਪੱਗ ਵਾਲੇ ਨੂੰ ਵੇਖ ਕੇ ਪੁਲਿਸ ਅਫਸਰ ਨੂੰ, SSP ਨੂੰ, ਕਹਿੰਦੀਆਂ ਤੂੰ ਖਾਲਿਸਤਾ ਨਹੀਂ ਹੈ। ਜਿਸ ਪੱਗ ਤੇ ਦੁਨੀਆਂ ਦੇ ਲੋਕ ਨਾਚ ਕਰਦੇ ਸਨ ਕਿ ਪੱਗ ਵਾਲਾ ਬੈਠਾ, ਇਹਨੂੰ ਜ਼ਿੰਮੇਵਾਰੀ ਦੇਵਾਂਗੇ, ਨਿਭਾਏਗਾ, ਪੱਗ ਦੇ ਇੰਨਾ ਮਾਣ ਸੀ। ਅੱਜ ਸਾਡਾ ਹੌਲੀ ਹੌਲੀ ਪ੍ਰਚਾਰ ਕਰਕੇ ਕਿਸਾਨੀ ਅੰਦੋਲਨ ਤੋਂ ਬਾਅਦ ਪੱਗ ਵਾਲੇ ਨੂੰ ਖਾਲੀ ਸਥਾਨ ਕਹਿਣ ਲਾ ਤਾ ਕਲਕੱਤੇ ਦੇ ਵਿੱਚ। ਇਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੈ। ਅੱਜ ਪੰਜਾਬ ਦਾ ਕਿਸਾਨ ਤੇ ਮਜ਼ਦੂਰ, ਅੱਜ ਅਗਰ ਕਿਸਾਨ ਚਾਲੂ, ਜੇ ਕਿਸਾਨ ਖੁਸ਼ਹਾਲ ਹੈ ਤਾਂ ਸਾਰਾ ਪੰਜਾਬ ਖੁਸ਼ਹਾਲ ਹੈ। ਇਹ ਖੇਤੀ ਪ੍ਰਧਾਨ ਸੂਬਾ ਹੈ, ਇੱਥੋਂ ਕੋਲਾ ਨਹੀਂ ਨਿਕਲਦਾ, ਪੰਜਾਬ ਚੋਂ ਪੱਥਰ ਨਹੀਂ ਨਿਕਲਦਾ, ਪੰਜਾਬ ਚ ਕੋਈ ਹੋਰ ਖਾਨਾ ਨਹੀਂ ਹੈ। ਜੇ ਖੇਤੀ ਹੈ ਤਾਂ ਸਾਡਾ ਪੰਜਾਬ ਚੱਲ ਵਸਦਾ, ਕੱਪੜੇ ਦੀਆਂ ਦੁਕਾਨਾਂ, ਭਗਵਾਨ ਦਾ ਸੀ ਇਹ ਥੋੜੀ ਕੱਪੜੇ ਦੀ ਦੁਕਾਨ ਤਾਂ ਚੱਲਦੀ ਹੈ। ਜੇ ਮੰਡੀ ਚ ਕਿਸਾਨ ਫਸਲ ਵੇਚਦਾ ਹੈ, ਫਿਰ ਉਹ ਵਿਆਹ ਕਰਦਾ, ਫਿਰ ਕੱਪੜਾ ਖਰੀਦਦਾ, ਫਿਰ ਕੰਮ ਚੱਲਦਾ, ਚਾਹੇ ਮਨਿਆਰੀ ਦੀ ਦੁਕਾਨ ਹੈ, ਚਾਹੇ ਕਰਿਆਨੇ ਦੀ ਹੈ, ਚਾਹੇ ਪੈਲਸ ਹੈ, ਚਾਹੇ ਖਾਣੇ ਵਾਲੇ ਹੈ, ਇਹ ਸਭ ਚੀਜ਼ਾਂ ਕਿਸਾਨ ਤੋਂ ਚੱਲਦੀਆਂ। ਆਰਟ, ਸ਼ੈਲਰ, ਕਾਟਨ ਫੈਕਟਰੀਆਂ, ਅਗਰ ਪੰਜਾਬ ਦਾ ਕਿਸਾਨ ਮਰ ਗਿਆ ਤਾਂ ਸਭ ਦਾ ਸਾਰਾ ਧੰਦਾ ਮਰ ਗਿਆ। ਅੱਜ ਇਹ ਵੀ ਅੱਡ ਕਰਨ ਦੀ ਕੋਸ਼ਿਸ਼ ਕੀਤੀ ਹੈ ਨਰਿੰਦਰ ਮੋਦੀ ਨੇ ਵੀ ਕਿਸਾਨ ਅੱਡ ਕਰ ਦਿਓ, ਦੁਕਾਨਦਾਰ ਅੱਡ ਕਰ ਦਿਓ। ਨਹੀਂ, ਅਸੀਂ ਸਾਰੇ ਇਕੱਠੇ ਹਾਂ, ਅਗਰ ਇੱਕ ਕੜੀ ਮਰ ਜਾਏਗੀ ਤਾਂ ਸਾਰਾ ਪੰਜਾਬ ਮਰ ਜਾਏਗਾ, ਇਹ ਸਮਝਣ ਦੀ ਲੋੜ ਹੈ। 700 ਕਿਸਾਨ ਮਰ ਗਿਆ, ਪਹਿਲਾਂ ਦਿੱਲੀ ਤੱਕ ਗਏ ਸੀ, ਹੁਣ ਅੰਬਾਲੇ ਤੋਂ ਬਾਹਰ ਨਹੀਂ ਨਿਕਲ ਦਿੱਤਾ। ਤੇ ਜੇ ਨਰਿੰਦਰ ਮੋਦੀ ਦੁਆਰੇ ਮਰ ਗਿਆ, ਸਰਪੰਚ ਸਾਹਿਬ, ਮਣੀ ਵਾਲਾ ਸਾਹਿਬ, ਪਿੰਡ ਚੋਂ ਜੱਟ ਨੂੰ ਵਾਪਸ ਟਰਾਲੀ ਦੇ ਕੇ ਨਹੀਂ ਆਉਣ ਦੇਣਾ, ਭੁਲੇਖਾ ਛੱਡ ਦਿਓ। ਐਤਕੀ ਬੜਾ ਜ਼ੋਰ ਲਾ ਲਿਆ ਕਿਸਾਨਾਂ ਨੇ, ਅੱਖਾਂ ਕੱਢਤੀਆਂ, ਬੰਦੇ ਮਾਰਤੇ, ਇਹਦਾ ਬਦਲਾ ਲੈਣਾ ਕਿ ਨਹੀਂ ਲੈਣਾ? ਅਗਰ ਇਹਦਾ ਬਦਲਾ ਲੈਣਾ ਇਹ ਜਾ ਕੇ ਪਿੰਡਾਂ ਚ ਕਹੋ। ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਵੋਟਾਂ ਪਾ ਦਿੱਤੀਆਂ, ਭਗਵੰਤ ਮਾਨ ਦੀ ਸਰਕਾਰ ਬਣਾ ਦਿੱਤੀ 2027 ਤੱਕ। ਕਿੰਨੇ ਤੱਕ? 2027 ਤੱਕ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਹੈ। ਜਿਹੜੇ ਲੋਕਾਂ ਨੇ ਅਸੀਂ ਝੱਟ ਨੂੰ ਵੋਟ ਪਾਉਣੀ, ਉਹਨਾਂ ਨੂੰ ਜਾ ਕੇ ਕਹੋ ਕਿ ਅਗਰ ਝੱਟ ਨੂੰ ਵੋਟ ਪਾਉਂਦੇ 2 ਜਾਂ 3 MP ਜਿੱਤ ਕੇ ਨਰਿੰਦਰ ਮੋਦੀ ਦਾ ਮੁਕਾਬਲਾ ਨਹੀਂ ਕਰ ਸਕਦੇ। ਅਗਰ ਅਕਾਲੀ ਦਲ ਨੂੰ ਵੋਟ ਪਾਉਂਗੇ, ਇੱਕ ਅੱਧਾ ਅਕਾਲੀ ਦਲ ਦਾ MP ਜਿੱਤ ਕੇ, ਵੈਸੇ ਤਾਂ ਅਕਾਲੀ ਦਲ ਦਾ ਸੋਫੜਾ ਸਾਫ ਹੈ, ਹਰਸਿਮਰਤ ਕੌਰ ਬਾਦਲ ਨੇ ਹਾਰ ਜਾਣਾ ਲਿਖ ਕੇ ਲੈ ਲਓ, ਜਾਓ ਅੱਜ ਤੱਕ ਤਾਂ ਪੱਤਰਕਾਰੋਂ ਲਿਖ ਦਿਓ, ਮੈਂ ਵੀ ਨਹੀਂ ਲਿਖ ਤੇ ਕਹਿਣ
ਛਡਾਣਕਰ ਹਰਸਿਮਰਤ ਕੌਰ ਬਾਦਲ ਚੁਣਾਵ ਬਠਿੰਡੇ ਤੋਂ ਹਾਰੇਗੀ ਰਾਜਾ ਵੜੀ ਕਹਿ ਰਿਹਾ। ਮੈਂ ਕਿਹਾ ਸੀ ਕਿ ਸਾਰੇ ਬਾਦਲ ਹਾਰ ਜਾਣਗੇ ਤੇ ਅੱਜ ਮੈਂ ਕਹਿਣਾ ਹਰਸਿਮਰਤ ਕੌਰ ਬਾਦਲ ਵੀ ਹਾਰੇਗੀ। ਇੱਕ ਅੱਧਾ MP ਅਗਰ ਜਿੱਤ ਜਾਏਗਾ ਅਕਾਲੀ ਦਲ ਦਾ ਉਹ ਲੜਾਈ ਨਹੀਂ ਲੜ ਸਕਦਾ। ਕੇਜਰੀਵਾਲ ਸਾਹਿਬ ਨੂੰ ਅੰਦਰ ਦੇਤਾ, ਹੋਰਾਂ ਨੂੰ ਅੰਦਰ ਦੇਤਾ, ਇੱਕ ਬੰਦਾ ਅੱਜ ਅੜਕੇ ਮੋਦੀ ਦੇ ਅੱਗੇ ਖੜਾ ਹੈ, ਕੌਣ ਖੜਾ ਪਤਾ ਹੈ? ਰਾਹੁਲ ਗਾਂਧੀ। ਕੋਈ ED ਗਈ ਰਾਹੁਲ ਗਾਂਧੀ ਤੋਂ 15 ਦਿਨ ED ਨੇ ਪੁੱਛਗਛ ਕੀਤੀ ਸ਼ਰਮਾ ਜੀ ਮਨਦੀਪ ਸਾਹਿਬ ਰਾਤ ਨੂੰ 1 ਵਜੇ ਛੱਡਦੇ ਸੀ। ਚੇਅਰਮੈਨ ਸਾਹਿਬ, ਮੱਲਣ ਸਾਹਿਬ, ਅਮਰਜੀਤ ਜੀ ਰਾਤ ਨੂੰ 1 ਵਜੇ ਛੱਡਦੇ ਸੀ ਰਾਹੁਲ ਗਾਂਧੀ ਨੂੰ ED ਵਾਲੇ, ਲੇਕਿਨ ਰਾਹੁਲ ਗਾਂਧੀ ਨੂੰ ED ਹੱਥ ਨਹੀਂ ਪਾ ਸਕੀ ਕਿਉਂਕਿ ਸੱਚਾ ਸੀਗਾ ਰਾਹੁਲ ਗਾਂਧੀ। CBI ਮਗਰ ਹੈ, 2 ਸਾਲ ਦੀ ਸਜ਼ਾ ਕੱਟੀ, ਘਰ ਖੋਲਿਆ, MP ਦੀ ਸਦੱਸਤਾ ਰੱਦ ਕਰਤੀ ਰਾਹੁਲ ਗਾਂਧੀ, ਲੇਕਿਨ ਫੜੇ ਸਾਡੇ ਰਾਹੁਲ ਗਾਂਧੀ। ਇੱਕ ਬੰਦਾ ਜਿਹੜਾ ਨਰਿੰਦਰ ਮੋਦੀ ਦੇ ਸਾਹਮਣੇ ਅੜਿਆ ਹੈ ਉਹ ਹੈ ਰਾਹੁਲ ਗਾਂਧੀ ਤੇ ਕਾਂਗਰਸ ਪਾਰਟੀ। ਜੇ ਕਾਂਗਰਸ ਪਾਰਟੀ ਨੂੰ ਤਕੜਾ ਕਰੋਗੇ ਪਾਰਲੀਮੈਂਟ ਦੀਆਂ ਚੋਣਾਂ ਚ, ਵਿਧਾਨ ਸਭਾ ਚ ਆਪਾਂ ਫੇਰ ਸਾਫ ਪ੍ਰਤਾਪ ਕਰ ਲਾਂਗੇ। ਇਹ ਤੁਸੀਂ ਲੋਕਾਂ ਨੂੰ ਕਹੋ ਕਿ ਇਸ ਵਾਰੀ ਜਿਹੜੀ ਵੋਟ ਹੈ ਉਹ ਕੇਵਲ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਪਾਉਣੀ ਹੈ, ਇੱਧਰ ਉੱਧਰ ਨਹੀਂ ਪਾਉਣੀ, ਤਾਂ ਫੇਰ ਅਸੀਂ ਪੰਜਾਬ ਨੂੰ ਬਚਾ ਸਕਦੇ। ਇਹਨਾਂ ਗੱਲਾਂ ਤੇ ਪਹਿਰਾ ਦੇਣਾ ਪਊਗਾ ਸਿੱਧਮ ਤੇ ਸਿੱਧਾ। ਇਹ ਬਾਰੇ ਤੁਹਾਨੂੰ ਬਹੁਤ ਫਰਮਾਉਣੀ ਪਊਗੀ। ਸਿੱਧੀ ਲੜਾਈ ਹੈ, ਆਸੇ ਪਾਸੇ ਕਰਨ ਦੀ ਲੋੜ ਨਹੀਂ। ਪਰ ਦੂਜਾ, ਇਹ ਗਰੰਟੀ ਕਾਰਡ ਕਿਸਾਨਾਂ ਨੂੰ MSP ਦੀ ਗਰੰਟੀ ਦੇਣ ਦਾ ਵਾਅਦਾ ਕੀਤਾ ਰਾਹੁਲ ਗਾਂਧੀ। ਕਈ ਲੋਕ ਕਹਿੰਦੇ ਆ ਯਾਰ ਕਿੱਥੋਂ ਦੇ ਦਿਓਗੇ, ਉਹ ਮਾਰੀ ਜਾਂਦੇ ਹੋ, ਤੁਸੀਂ ਕੀ ਕਰਨਾ, ਝੂਠੇ ਹੋ। 1967 ਚ ਬਾਬਾ ਜੀ ਕਾਂਗਰਸ ਪਾਰਟੀ ਨੇ MSP ਦਿੱਤੀ ਸੀ, ਹੁਣ ਤੱਕ ਕਣਕ ਦੇ ਝੂਠੇ ਤੇ ਜਿਹੜਾ ਸਰਕਾਰੀ ਭਾਅ ਹੈ ਇਹ ਕਾਂਗਰਸ ਪਾਰਟੀ ਦੀ ਦੇਣ ਹੈ। ਫਿਰ ਅਸੀਂ ਕਿਹਾ ਕਿ ਅਸੀਂ ਕਰਜ਼ਾ ਮਾਫ਼ ਕਰਨ ਵਾਸਤੇ ਕਮਿਸ਼ਨ ਬਣਾਵਾਂਗੇ, ਕਹਿੰਦੇ ਕਿਸੇ ਨੇ ਕੀਤਾ ਨਹੀਂ, ਇਹਦਾ ਚੁਣਾਵੀ ਵਾਅਦਾ ਹੈ। ਪਰ ਮੈਂ ਤੁਹਾਨੂੰ ਇਹ ਕਹਿਣਾ, 70,000 ਕਰੋੜ ਰੁਪਇਆ ਡਾਕਟਰ ਮਨਮੋਹਨ ਸਿੰਘ ਨੇ ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਿਆਂ ਹੋਇਆਂ ਅਸੀਂ 70,000 ਕਰੋੜ ਰੁਪਇਆ ਮਾਫ਼ ਕੀਤਾ ਸੀ। ਮੈਂ ਨਹੀਂ ਕਹਿੰਦਾ ਅਸੀਂ ਸਾਰਿਆਂ ਦਾ ਕਰਜ਼ਾ ਮਾਫ਼ ਕਰਤਾ, ਲੇਕਿਨ ਕਾਂਗਰਸ ਪਾਰਟੀ ਨੇ 4,500 ਕਰੋੜ ਰੁਪਇਆ ਪੰਜਾਬ ਦੀ ਸਰਕਾਰ ਨੇ ਮਾਫ਼ ਕੀਤਾ ਸੀ। ਇਸ ਤੋਂ ਪਹਿਲਾਂ ਵੀ ਕਿਸੇ ਸਰਕਾਰ ਨੇ 5 ਲੱਖ ਰੁਪਇਆ ਵੀ ਮਾਫ਼ ਨਹੀਂ ਕੀਤਾ ਕਿਸਾਨਾਂ ਦਾ, ਅਸੀਂ 4,500 ਕਰੋੜ ਰੁਪਇਆ ਮਾਫ਼ ਕੀਤਾ। ਅਸੀਂ ਇਹ ਵੀ ਕਹਿੰਦੇ ਹਾਂ ਕਿ ਕਿਸਾਨ ਦੇ ਸੰਦ ਤੇ GST ਨਹੀਂ ਲੱਗੇਗੀ, ਇਹ ਵੀ ਅਸੀਂ ਕਿਹਾ। ਅਸੀਂ ਇਹ ਵੀ ਕਹਿੰਦੇ ਹਾਂ ਕਿ ਅਗਰ ਖਰਾਬਾ ਹੋ ਜਾਏਗਾ 30 ਦਿਨਾਂ ਦੇ ਅੰਦਰ ਕੇਂਦਰ ਸਰਕਾਰ ਖਰਾਬੇ ਦਾ ਭੁਗਤਾਨ ਕਿਸਾਨ ਨੂੰ ਕਰੇਗੀ, ਇਹ ਵੀ ਕਾਂਗਰਸ ਪਾਰਟੀ ਕਹਿੰਦੀ ਹੈ। ਆ ਗਰੀਬਾਂ ਤੇ ਮਜ਼ਦੂਰਾਂ ਵਾਸਤੇ 400 ਰੁਪਏ ਦਿਹਾੜੀ ਮਨਰੇਗਾ ਦੀ, ਔਰ ਸ਼ਹਿਰਾਂ ਦੇ ਵਿੱਚ ਵੀ ਅਸੀਂ ਮਨਰੇਗਾ ਨੂੰ ਲਾਗੂ ਕਰਨ ਦਾ ਕੰਮ ਕਰਾਂਗੇ। ਔਰਤਾਂ ਦੇ ਵਾਸਤੇ 8,500 ਰੁਪਇਆ ਅਗਰ ਕੇਂਦਰ ਸਰਕਾਰ ਆ ਜਾਂਦੀ ਹੈ ਪ੍ਰਤੀ ਮਹੀਨਾ, ਜਾਣੀ ਕਿ 1,00,000 ਰੁਪਇਆ ਸਾਲ ਦਾ, ਇਹ ਕਾਂਗਰਸ ਪਾਰਟੀ ਦਾ ਵਾਅਦਾ ਹੈ। 25 ਲੱਖ ਦਾ ਇਲਾਜ ਮੁਫ਼ਤ ਕਰਾਵਾਂਗੇ। ਕਈ ਲੋਕ ਕਹਿੰਦੇ ਯਾਰ ਕਿੱਥੋਂ ਕਰਾ ਦੇਣਗੇ, ਰਾਜਸਥਾਨ ਕਾਂਗਰਸ ਦੀ ਸਰਕਾਰ ਨੇ, ਅਸ਼ੋਕ ਗਹਿਲੋਤ ਦੀ ਸਰਕਾਰ ਨੇ 25 ਲੱਖ ਦਾ ਇਲਾਜ ਮੁਫ਼ਤ ਕੀਤਾ,
ਲੋਕ ਰਾਜਸਥਾਨ ਦੇ ਕਰਨਪੁਰ ਦੇ ਹਨੂਮਾਨਗੜ ਦੇ ਸੰਗਰੀਏ ਦੇ ਆਪਦੇ ਰਿਸ਼ਤੇਦਾਰਾਂ ਨੂੰ ਪੁੱਛ ਲਓ 25 ਲੱਖ ਦਾ ਇਲਾਜ ਸੰਦੀਪ ਕਟਕ ਜੀ ਮੁਫ਼ਤ ਕਰਾ ਕੇ ਲੋਕ ਲਿਆ ਰਹੇ ਹੈ। ਇੱਥੇ ਕਿਡਨੀ ਬਣਾਉਣ ਵਾਸਤੇ ਲੋਕਾਂ ਕੋਲ ਪ੍ਰਹਲਾਦ ਜੀ ਪੈਸੇ ਨਹੀਂ ਹੈ, ਚੋਟੀਆਂ ਸਰਪੰਚ ਸਾਹਿਬ। ਸੋ ਮੇਰੇ ਕਹਿਣ ਦਾ ਮਤਲਬ ਇਹ ਸਾਰੀਆਂ ਗਰੰਟੀਆਂ ਔਰ ਨੌਜਵਾਨਾਂ ਵਾਸਤੇ 1 ਲੱਖ ਰੁਪਇਆ ਜਿਹੜਾ ਇੰਟਰਪਨਿਓਰ ਹੋਏਗਾ ਜਾਂ ਜੋ ਸਕਿੱਲ ਬੇਸ ਕੋਈ ਸਿੱਖਣਾ ਚਾਹੇਗਾ ਕੰਮ ਪ੍ਰਾਈਵੇਟ ਜਾਂ ਸਰਕਾਰੀ, ਅਸੀਂ ਉਹਨਾਂ ਨੂੰ 1 ਸਾਲ ਦਾ 1 ਲੱਖ ਰੁਪਇਆ ਲਿਆਂਗੇ, 8500 ਰੁਪਇਆ ਦਾ ਜੋ ਉਹ ਆਪਦਾ ਕੰਮ ਸਿੱਖ ਲੇ ਤੇ ਕੰਮ ਸਿੱਖ ਲੇ ਮੁੜ ਕੇ ਨੌਕਰੀ ਲੱਗ ਸਕੇ। ਇਹ ਕਾਂਗਰਸ ਪਾਰਟੀ ਦੀ ਗਰੰਟੀ ਹੈ ਔਰ ਅਸੀਂ ਕੀਤਾ ਅਸੀਂ ਪੂਰਾ ਨਹੀਂ ਕੀਤਾ ਤਾਂ ਅੱਧੇ ਲੋਕਾਂ ਨੇ ਕੀਤਾ। ਇਹ ਕਾਂਗਰਸ ਪਾਰਟੀ ਹੈ ਤੇ 30 ਲੱਖ ਸਰਕਾਰੀ ਨੌਕਰੀਆਂ ਜਿਹੜੀਆਂ ਖਾਲੀ ਪਈਆਂ। ਅਸੀਂ ਆ ਜਿਹੜੀ ਸਕੀਮ ਹੈ ਜਿਹੜੀ ਨਵੀਂ ਸਕੀਮ ਚਲਾਈ ਫੌਜੀਆਂ ਵਾਸਤੇ ਅਗਨੀ ਦੀ, ਇਹਨੂੰ ਖਤਮ ਕਰਾਂਗੇ। ਆਰਮੀ ਦੇ ਵਿੱਚ ਜਿੰਨੀਆਂ ਖਾਲੀ ਥਾਵਾਂ ਪਈਆਂ ਉਹਨੂੰ ਅਸੀਂ ਭਰਾਂਗੇ ਨੌਕਰੀ ਲਾ ਕੇ। ਇਹ ਨਹੀਂ ਵੀ ਅਗਨੀ ਵੀਰ ਨੂੰ ਹੁਣ ਚੱਲੀ ਜਾਵੇ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਇਹ ਸਾਰੀਆਂ ਸਕੀਮਾਂ ਕਾਂਗਰਸ ਪਾਰਟੀ ਨੇ ਕਰਨੀਆਂ ਸਰਕਾਰੀਓ ਭਰਾਓ। ਆ ਬੀਬੀ ਅਮਰਜੀਤ ਕੌਰ ਸਾਹਿਬ ਕੇ 12 ਸਾਲ ਅੱਜ ਭਾਸ਼ਣ, ਹਜੇ ਪਹਿਲੀ ਵਾਰੀ ਇੰਨੇ ਵੱਡੇ ਇੰਨੇ ਲੋਕਾਂ ਨੂੰ ਭਾਸ਼ਣ ਦਿੱਤਾ ਹੈ। ਥੋੜਾ ਜਿਹਾ ਹੌਲੀ ਹੌਲੀ ਜੇ ਕਿਸੇ ਔਰਤ ਨੂੰ ਅਸੀਂ ਮੌਕਾ ਨਹੀਂ ਦੇਵਾਂਗੇ ਤਾਂ ਫਿਰ ਔਰਤ ਵਿਚਾਰੀ ਘਰੇ ਚੁੱਲ੍ਹੇ ਚੌਂਕੇ ਚੁੱਕਰੀ ਰਹਿ ਜਾਏਗੀ। ਅੱਜ ਅਸੀਂ ਪੰਜਾਬ 'ਚ 2 ਔਰਤਾਂ ਨੂੰ ਹਜੇ ਤੱਕ ਟਿਕਟਾਂ ਦੇ ਚੁੱਕੇ ਹਾਂ। ਲੋਕ 33% ਦੀ ਗੱਲ ਕਰਦੇ ਆ, ਆਮ ਆਦਮੀ ਪਾਰਟੀ ਝਾੜੂ ਵਾਲਿਆਂ ਨੇ ਤੁਹਾਡਾ 1000 ਰੁਪਇਆ ਖਾਤਾ ਹੀ ਖਾਤਾ। ਅੱਜ ਕਿਸੇ ਵੀ ਔਰਤ ਨੂੰ ਕਾਬਲ ਨਹੀਂ ਸਮਝਿਆ ਕਿ ਉਹਨੂੰ ਅਸੀਂ ਟਿਕਟ ਦੇ ਸਕੀਏ। ਗਾਉਣ ਵਾਲੇ ਇੱਧਰ ਉੱਧਰ ਵਾਲੇ 12 ਸਾਲ ਕਿਹੜਾ ਪਿੰਡਾਂ ਬੀਬੀ ਜੀ ਨਹੀਂ ਜਿੱਥੇ ਬਣਾਉਂਦੇ ਸੀ ਰੌਲੀ ਪਿੰਡ ਮੌਕੇ 'ਚ ਹੈ ਜਿੱਥੇ ਅਮਰਜੀਤ ਕੌਰ ਸਾਹੂ ਕੇ 12 ਸਾਲ ਨੌਜਵਾਨ ਬੱਚਿਆਂ ਨੂੰ ਵਿਦਿਆ ਪੜ੍ਹਾਉਂਦੀ ਰਹੀ ਹੈ। ਇਹ ਛੋਟੀ ਗੱਲ ਨਹੀਂ ਹੈ, ਇਹ ਆਮ ਹੈ। ਲੋਕਾਂ ਦੇ ਖਾਸਾ ਨੂੰ ਅਸੀਂ ਆਮ ਲੋਕਾਂ ਨੂੰ ਟਿਕਟ ਦਿੱਤੀ ਹੈ ਔਰ ਇਹ ਪੋਲੀਟਿਕਸ ਦੇ ਵਿੱਚ ਰਾਜਨੀਤੀ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਮੈਨ ਰਹੀ ਹੈ, ਇਹ ਵੀ ਤਜਰਬਾ ਹੈ। ਇੱਕ ਟੀਚਰ ਰਿਹਾ ਹੋਵੇ ਤੇ ਨਾਲ ਤੁਹਾਡੇ ਕੋਲ ਤਜਰਬਾ ਰਾਜਨੀਤੀ ਦਾ ਹੋਵੇ ਇਹ ਬਹੁਤ ਵੱਡੀ ਗੱਲ ਹੈ। ਤੀਜਾ ਪਲੱਸ ਪੁਆਇੰਟ ਕੀ ਹੈ, ਇਹ ਲੋਕਲ ਹੈ, ਇਹ ਬਾਹਰੋਂ ਨਹੀਂ ਹੈ। ਅਸੀਂ ਇਹ ਕੋਸ਼ਿਸ਼ ਕੀਤੀ ਕਿ ਘਰ ਦਾ ਬੰਦਾ ਲੜਾਈਏ। ਇਸ ਕਰਕੇ ਜਿਵੇਂ ਇਹਨਾਂ ਨੇ ਕਿਹਾ ਕਿ ਮੇਰੇ ਪੇਕੇ ਫਰੀਦਕੋਟ ਹੈ ਤੇ ਮੇਰੇ ਸਹੁਰੇ ਜਿਹੜੇ ਹੈ ਉਹ ਮੌਕੇ ਹੈ। ਸੋ ਕਹਿਣ ਦਾ ਮਤਲਬ ਇਹ 3 ਚੀਜ਼ਾਂ ਅਗਰ ਵਿਅਕਤੀ ਕੋਲ ਹੋਰ ਪੜ੍ਹਿਆ ਲਿਖਿਆ ਹੋਵੇ, ਸਿਆਣਾ ਹੋਵੇ, ਰਾਜਨੀਤਿਕ ਤਜਰਬਾ ਹੋਵੇ, ਨੇੜ ਦਾ ਹੋਵੇ ਤੇ ਮੈਨੂੰ ਲੱਗਦਾ ਇਹ ਬਹੁਤ ਚੰਗੀਆਂ ਚੀਜ਼ਾਂ ਨੇ। ਇਹ ਜਿਹੜੇ ਹੈਗੇ ਮੇਰੇ ਸਾਥੀ ਆਏ ਹੈ, ਮੈਂ ਉਹਨਾਂ ਨੂੰ ਨਿੰਦਾ ਨਹੀਂ ਕਰਨਾ ਚਾਹੁੰਦਾ, ਹਰ ਉਮੀਦਵਾਰ ਦਾ ਮੈਂ ਸਤਿਕਾਰ ਕਰਦਾ, ਲੇਕਿਨ ਮੈਨੂੰ ਲੱਗਦਾ ਰਾਜਨੀਤਿਕ ਤਜਰਬਾ ਉਹਨਾਂ ਦਾ 0 ਹੈ। ਬਾਹਰੋਂ ਆਏ ਹੈ, ਠੀਕ ਹੈ ਮਾਮਾ ਜੀ ਹੋਰਾਂ ਨੇ, ਜਿਸ ਦਾ ਕਾਮ ਉਸੀ ਕੋ ਸਾਜੇ। ਮੈਂ ਰਾਜਾ ਬਣੇ ਕੇ ਚੰਗਾ ਕਲਾਕਾਰ ਨਹੀਂ ਹੋ ਸਕਦਾ, ਮੈਂ ਚੰਗਾ ਗਾਇਕ ਮਾਰੇ ਨਹੀਂ ਹੁੰਦੇ। ਕਲਾਕਾਰਾਂ ਦਾ ਮੈਂ ਸਤਿਕਾਰ ਕਰਦਾ, ਲੇਕਿਨ ਕਲਾਕਾਰ ਚੰਗੇ ਰਾਜਨੀਤਿਕ ਲੋਕ ਨਹੀਂ ਬਣ ਸਕਦੇ। ਚੰਗਾ ਰਾਜਨੀਤਿਕ
ਚੰਗਾ ਕਲਾਕਾਰ ਨਹੀਂ ਬਣ ਸਕਦਾ, ਚੰਗਾ ਭਾਈਵਾਨ ਤੇ ਜਿਹੜਾ ਅਫਸਰ ਹੈ ਉਹ ਥੱਲੇ ਕਣਕ ਚੰਗੀ ਨਹੀਂ ਬੀਜ ਸਕਦਾ, ਕਣਕ ਚੰਗੀ ਕਿਸਾਨ ਹੀ ਬੀਜ ਸਕਦਾ, ਕਿਸਾਨ ਦਾ ਪੁੱਤ ਬੀਜ ਸਕਦਾ। ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਜਿਸਦਾ ਕਾਮ ਉਸੀ ਕੋ ਸਾਜੇ, ਲੋਕ ਦੁਖੀ ਹੈ। ਇਹੋ ਲੋਕਾਂ ਤੋਂ ਸਨੀ ਦਿਓਲ ਜੀ ਆਏ ਸਨ, ਫਿਲਮਾਂ ਚ ਬੜੀ ਗੱਲ ਹੈ ਸਨੀ ਦਿਓਲ ਦੀ ਗਦਰ ਫਿਲਮ ਨੇ ਬੜਾ ਧਮਾਲ ਮਚਾਇਆ, ਦੁਨੀਆਂ ਵੇਖਣ ਵਾਲੀ ਗਈ। ਲੇਕਿਨ ਸਨੀ ਦਿਓਲ ਮੈਂਬਰ ਆਫ ਪਾਰਲੀਮੈਂਟ ਬਣ ਗਏ, ਲੇਕਿਨ ਲੋਕ ਉੱਥੋਂ ਦੇ ਚੀਕਾਂ ਮਾਰਦੇ ਵੀ ਅਸੀਂ ਵੇਖੇ ਜੀ, ਕਦੇ ਸਨੀ ਦਿਓਲ ਕਦੇ ਬੋਲਿਆ ਜੀ। ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਇਹ ਆਪਾਂ ਅੱਜ ਆਗਾਜ਼ ਕੀਤਾ, ਪਹਿਲੀ ਮੁਲਾਕਾਤ ਅਸੀਂ ਸ਼ੁਰੂਆਤ ਕੀਤੀ ਹੈ ਬੀਬੀ ਅਮਰਜੀਤ ਕੌਰ ਸਰੋਕੇ ਦੇ ਨਾਲ, ਤਾਂ ਜੋ ਮੈਂ ਆਖਿਆ ਮੈਨੂੰ ਕੰਮ ਕਰ ਰਿਹਾ ਪੰਜਾਬ ਦੇ, ਹੋਰ ਵੀ ਕੋਸ਼ਿਸ਼ ਕਰਾਂਗਾ। ਪਿਛਲੀ ਵਾਰੀ ਆਪਾਂ ਸਾਰੇ ਪਿੰਡ ਨਹੀਂ ਕੱਢ ਸਕੇ ਕਿਉਂਕਿ ਮੈਂ ਬਠਿੰਡੇ ਤੋਂ ਚੋਣ ਲੜ ਰਿਹਾ ਸਾਂ, ਇਸ ਵਾਰੀ ਆਪਾਂ ਸਾਰੇ ਪਿੰਡਾਂ ਦੇ ਵਿੱਚ ਪ੍ਰਚਾਰ ਵੀ ਕਰਾਂਗੇ ਤੇ ਬੀਬੀ ਅਮਰਜੀਤ ਕੌਰ ਸਾਹੋਕੇ ਨੂੰ ਲੈ ਕੇ ਵੀ ਆਵਾਂਗੇ ਕਿਉਂਕਿ ਆਪਣੇ ਕੋਲੇ ਕਾਫੀ ਸਮਾਂ ਬਾਕੀ ਹੈ। ਲੇਕਿਨ ਮੈਂ ਆਪਦੀ ਜ਼ਿੰਮੇਵਾਰੀ ਸਮਝਿਆ ਹੋਇਆ, ਭੁੰਦੜ ਸਰਪੰਚ ਸਾਹਿਬ ਆਪਦੀ ਜ਼ਿੰਮੇਵਾਰੀ ਸਮਝਿਆ ਹੋਇਆ ਪਹਿਲੀ ਪਲੇਠੀ ਮੀਟਿੰਗ ਮੈਂ ਆਖਿਆ ਕਿੱਦੜਵਾ ਦੇ ਲੋਕਾਂ ਦੇ ਨਾਲ ਅੱਜ ਬੀਬੀ ਅਮਰਜੀਤ ਕੌਰ ਸਾਹੋਕੇ ਨੂੰ ਰੂਬਰੂ ਕਰਾਵਾਂ, ਤਾਂ ਜੋ ਉਸ ਤੋਂ ਬਾਅਦ ਫਿਰ ਆਪਾਂ 5-7 ਦਿਨ ਆਪਦੀ ਪੂਰੀ ਤੱਪਾ ਸੰਭਾਲ ਕੇ ਤੇ ਫਿਰ ਪਿੰਡਾਂ ਤੇ ਵਾਰਡਾਂ ਦੇ ਵਿੱਚ ਆਪਾਂ ਆਉਣ ਵਾਲੇ ਸਮੇਂ ਚ ਬਿੱਟੂ ਗਾਂਧੀ ਜੀ ਤੁਹਾਡੇ ਵਾਰਡਾਂ ਚ ਲੈ ਕੇ, ਚਰਨਜੀਤ ਸਾਹਿਬ ਭੁੱਲਾ ਜੀ, ਤੇ ਫਿਰ ਆਪਾਂ ਇਹਨਾਂ ਨੂੰ ਆਪਾਂ ਸ਼ਹਿਰ ਦੇ ਲੋਕਾਂ ਦੇ ਨਾਲ ਵੀ ਵਾਰਡਾਂ ਚ ਮੁਲਾਕਾਤ ਕਰਾਵਾਂਗੇ। ਪਰ ਆਸ ਕਰਦਾ ਸਾਹਿਬ ਜੀ ਛੱਡ ਦੀਏ ਹੁਣ ਭਾਈ, ਆਸ ਕਰਦਾ ਕਿ ਮੇਰੇ ਪਰਿਵਾਰ ਦੇ ਲੋਕ ਅਮਰਜੀਤ ਕੌਰ ਜੀ ਮੈਂ ਬੇਨਤੀ ਕਰਨੀ ਚਾਹੁੰਦਾ, ਤੇ ਜਿੰਨੇ ਬੰਦੇ ਬੈਠੇ ਕੋਈ ਐਸਾ ਬੰਦਾ ਨਹੀਂ ਹੈ ਜਿਹਨੂੰ ਮੈਂ ਜਾਣਦਾ ਨਹੀਂ, ਇਹ ਇਕੱਲੇ ਪਰਿਵਾਰਕ ਮੈਂਬਰ ਆਏ ਹੈ, ਇਹ ਪਬਲਿਕ ਨਹੀਂ ਹੈ ਇੱਥੇ ਗੱਲ। ਇੱਕ ਇੱਕ ਵਿਅਕਤੀ ਜਿਹੜਾ ਇੱਥੇ ਬੈਠਾ ਹੈ ਉਹਦਾ ਰਾਜੇ ਬਣੇ ਕੇ ਨਾਲ ਸਿੱਧਾ ਕੰਸਰਨ ਹੈ, ਇਹ ਨਹੀਂ ਹੈ ਮੇਰੇ ਪੀਏ ਦੇ ਥਰੂ ਹੈ। ਹਾਂ ਪੀਏ ਦੇ ਥਰੂ ਮੇਰਾ ਟੈਲੀਫੋਨ ਪੁੱਛ ਲੈਂਦਾ, ਪਰ ਇਹਨਾਂ ਨੂੰ ਇਹ ਇਜਾਜ਼ਤ ਹੈ ਕਿ ਤੁਸੀਂ ਮੇਰੇ ਭਰਾ ਦੀ ਵੀ ਸ਼ਿਕਾਇਤ ਲਾ ਸਕਦੇ ਹੋ, ਤੁਸੀਂ ਮੇਰੇ ਰਿਸ਼ਤੇਦਾਰ ਦੀ ਵੀ ਸ਼ਿਕਾਇਤ ਲਾ ਸਕਦੇ ਹੋ। ਕਿਉਂ? ਕਿਉਂਕਿ ਇਹਨਾਂ ਨੇ ਰਿਸ਼ਤੇਦਾਰਾਂ ਨਾਲੋਂ, ਆਪਦੇ ਸਖੀਆਂ ਕਬੀਲਿਆਂ ਨਾਲੋਂ ਇਹਨਾਂ ਨੇ ਮਗਰਲੇ 15 ਸਾਲ ਤੋਂ ਵੱਧ ਮੈਨੂੰ ਆਸ਼ੀਰਵਾਦ ਦਿੱਤਾ। ਰਿਸ਼ਤੇਦਾਰ ਤਾਂ ਪਿੱਛੇ ਕਈ ਵਾਰੀ ਮਾੜਾ ਮੋਟਾ ਉਨੀਕੀ ਹੋ ਗਿਆ, ਲੇਕਿਨ ਇਹਨਾਂ ਮਾਂਗਾਂ ਸ਼ੇਰਾਂ ਨੇ ਕਦੇ ਟਸ ਤੋਂ ਮਸ ਨਹੀਂ ਕੀਤੀ। ਨਾਰਾਜ਼ ਹੋ ਜਾਂਦੇ ਮੇਰੇ ਨਾਲ, ਨਾਰਾਜ਼ ਹੋ ਜਾਂਦੇ, ਲੇਕਿਨ ਰਾਜੇ ਪ੍ਰੇਮੀ ਨੂੰ ਇਹਨਾਂ ਨੇ ਛੱਡਿਆ ਨਹੀਂ। ਗਾਲਾਂ ਗੁਲਾਂ ਕੱਢ ਕੇ ਫੇਰ ਪਾਉਣੀ ਸੇਵਾ ਆਉਣੀ, ਕਾਜੂ ਬਦਾਮ ਖਵਾਉਂਦੇ ਹੈ, ਟੈਂਟ ਲਾਉਂਦੇ ਹੈ, ਪੈਸੇ ਲਾਉਂਦੇ ਹੈ, ਮੈਂ ਇਹਨਾਂ ਦੀ ਅਣਦੇਖੀ ਕਰ ਦਿੰਦਾ ਕਦੇ ਕਦੇ, ਪਰ ਇਹ ਜਗਮਗ ਅੱਗੇ ਲੋਕ ਇਹ ਰਾਜੇ ਵੜਿੰਗ ਦੀ ਕਦੇ ਇਹਨਾਂ ਨੇ ਅਣਦੇਖੀ ਇਹਨਾਂ ਲੋਕਾਂ ਨੇ ਨਹੀਂ ਕੀਤੀ, ਇਹ ਹਮੇਸ਼ਾ ਪਿਆਰ ਕਰਦੇ ਹੈ। ਕਈ ਲੋਕ ਤਾਂ ਐਸੇ ਹੈ ਅੱਜ ਉਹ ਵੀ ਬੈਠੇ ਹੈ ਵਿੱਚ ਜਿਹੜੇ ਵਿਚਾਰੇ ਘਰੇ ਰਹਿੰਦੇ ਹੈ, ਵੋਟਾਂ ਮੈਨੂੰ ਪਾਉਂਦੇ ਆ, ਪਿੰਡ ਚ ਪ੍ਰਚਾਰ ਕਰਦੇ ਆ, ਲੇਕਿਨ ਅੱਜ ਤੁਹਾਨੂੰ ਮਿਲਣ ਵਾਸਤੇ ਉਹ ਵੀ ਅੱਜ ਮੇਰੇ ਸੁਨੇਹੇ ਤੇ ਇੱਥੇ ਆਏ ਹੈ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਤੇ ਗਿੱਦੜਬਾਜ਼ੀ ਲੀਡ ਹੈ, ਆਪਾਂ ਗਿੱਦੜਬਾਜ਼ ਚੋਂ ਓਨੀ ਲੀਡ ਦਵਾਉਣੀ ਹੈ ਜਿਹੜੀ 4-5 ਹਲਕਿਆਂ ਦੀ ਲੀਡ ਨੂੰ ਖਾ ਜੇ, ਤੇ ਅਮਰਜੀਤ ਕੌਰ ਸਾਹੋਕੇ ਨੂੰ ਆਪਾਂ ਮੈਂਬਰ ਆਫ ਪਾਰਲੀਮੈਂਟ ਬਣਾ ਕੇ ਭੇਜਣਾ। ਮੇਰੇ ਸਰਕਾਰੀਓ ਭਰਾਓ, ਤੁਹਾਡਾ ਸਾਰਿਆਂ ਦਾ
ਬਹੁਵਾ ਹੁਸਨਰ ਵਾਲੇ ਪਹਿਲੇ ਉੱਠ ਖੜੇ, ਬਹਿ ਜਾ ਬਈ ਮੰਨਣ ਸਰਪੰਚ ਸਾਹਿਬ, ਬਹਿ ਜਾ ਹੁਸਨਰ ਵਾਲੇ ਅੰਗਰੇਜ਼ ਸਿਆ, ਬਹਿ ਜਾ ਚਿੱਟੀ ਦਾੜੀ ਹੋ ਗਈ, ਬਹਿ ਜਾ ਮੈਨੂੰ ਪਤਾ। ਇੱਕ ਮਿੰਟ